ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵਿਊਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਦੋਸਤੋ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਸਾਰੇ ਮਸਲਿਆਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ ਜੋ ਕਿ ਮਸਲੇ ਇੰਟਰਨੈਸ਼ਨਲ ਪੱਧਰ 'ਤੇ ਵਿਚਾਰ ਕੀਤੇ ਜਾ ਰਹੇ ਨੇ। ਔਰ ਜਦ ਵਿਚਾਰ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਸਾਡੇ ਨਾਲ ਆਪਣੇ ਪ੍ਰਤੀਕਰਮ ਆਪਣੇ ਸੁਝਾਵ ਸਾਂਝੇ ਕਰਦੇ ਹੋ। ਜਸ ਬ੍ਰੌਡਕਾਸਟਿੰਗ ਦੀ ਟੀਮ ਪਹੁੰਚੀ ਹੈ ਜੀ ਸੈਲਮਾ ਕੈਲੀਫੋਰਨੀਆ, ਜਿੱਥੇ ਅਸੀਂ ਬੇਕਰਸਫੀਲਡ ਜੋ ਕਿ ਵਿਸ਼ ਭਾਰਤ ਦੇ ਵਿੱਚ ਜਿਹੜਾ ਟਾਊਨ ਹੈ ਬੇਕਰਸਫੀਲਡ, ਉਹ ਹੁਣ ਮੈਪ ਦੇ ਵਿੱਚ ਆਇਡੈਂਟੀਫਾਈ ਹੋ ਰਿਹਾ। ਆਇਡੈਂਟੀਫਾਈ ਇਸ ਕਰਕੇ ਹੋ ਰਿਹਾ ਜਿਹੜਾ ਇੰਸੀਡੈਂਟ ਉੱਥੇ ਗੁਰਸਿੱਖ ਫੈਮਿਲੀ ਦੇ ਨਾਲ ਹੋਇਆ। ਵੱਖ ਵੱਖ ਸੋਸ਼ਲ ਮੀਡੀਆ ਦੇ ਪਲੈਟਫਾਰਮਾਂ ਦੇ ਉੱਤੇ ਉਸ ਇੰਸੀਡੈਂਟ ਨੇ ਆਪਣੀ ਜਗ੍ਹਾ ਬਣਾਈ, ਅਫਵਾਹਾਂ ਦਾ ਬਾਜ਼ਾਰ ਗਰਮ ਹੋਇਆ, ਕਈਆਂ ਨੇ ਆਪਣੇ ਤਰਕ ਦਿੱਤੇ, ਪ੍ਰਤੀਕਰਮ ਦਿੱਤੇ। ਅਸੀਂ ਲਾਸਟ ਵੀਕਐਂਡ ਫਰਾਈਡੇ ਨੂੰ ਇਸੀ ਧਰਤੀ ਤੋਂ ਮੁੱਦਾ ਤੁਹਾਡੇ ਸਾਹਮਣੇ ਲੈ ਕੇ ਆਏ ਸੀਗੇ। ਅੱਜ ਵੀ ਅਸੀਂ ਇੱਥੇ ਮੌਜੂਦ ਹਾਂ ਔਰ ਤੁਹਾਡੇ ਸਾਹਮਣੇ ਉਸ ਮਸਲੇ ਬਾਰੇ ਵਿਚਾਰ ਕਰਨਾ ਚਾਹੁੰਦੇ ਹਾਂ ਜੋ ਕਿ ਉਸ ਫੈਮਿਲੀ ਦੇ ਨਾਲ ਹੋਇਆ, ਕਿਉਂ ਹੋਇਆ ਔਰ ਕੀ ਕਰਨਾ ਚਾਹੀਦਾ। ਅਸਲੀ ਅਸੀਂ ਪਿਛਲੇ ਵੀਕਐਂਡ ਦੇ ਵਿੱਚ ਯਾਨੀ ਕਿ ਫਰਾਈਡੇ ਨੂੰ ਤੁਹਾਡੇ ਸਾਹਮਣੇ ਰੱਖਿਆ ਸੀਗਾ, ਲੇਕਿਨ ਵਿਸ਼ਾ ਇੰਨਾ ਡੂੰਘਾ ਸੀਗਾ ਕਿ ਇਹਦੇ ਉੱਤੇ ਵਿਚਾਰ ਕਰਨਾ ਲਾਜ਼ਮੀ ਬਣ ਗਿਆ ਸੀਗਾ। ਬੇਕਰਸਫੀਲਡ ਦੇ ਵਿੱਚ ਇੰਸੀਡੈਂਟ ਹੁੰਦਾ ਔਰ ਬੇਕਰਸਫੀਲਡ ਦੇ ਜਿਹੜੇ ਵਸਨੀਕ ਹਨ ਉਹ ਹੁਣ ਕਿਵੇਂ ਮਹਿਸੂਸ ਕਰ ਰਹੇ ਹਨ, ਕਮਿਊਨਿਟੀ ਦੇ ਵਿੱਚ ਉੱਥੇ ਕੀ ਕੁਝ ਉਹਨਾਂ ਨੂੰ ਸੁਣਨਾ ਪੈ ਰਿਹਾ ਜਾਂ ਫਿਰ ਵੇਖਣਾ ਪੈ ਰਿਹਾ, ਕੀ ਰੋਡ ਮੈਪ ਉਹਨਾਂ ਨੇ ਉੱਥੇ ਤਿਆਰ ਕੀਤਾ ਔਰ ਗਾਂ ਹੁਣ ਉਹ ਕੀ ਸੋਚ ਰਹੇ ਹਨ ਕਿ ਕਿਵੇਂ ਸਾਨੂੰ ਪ੍ਰੋਟੈਕਟ ਆਪਣੇ ਆਪ ਨੂੰ ਕਰਨ ਦੀ ਲੋੜ ਹੈ ਔਰ ਫੈਮਿਲੀ ਨੂੰ ਵੀ ਜਿਨ੍ਹਾਂ ਦੇ ਨਾਲ ਇਹ ਹੁੰਦਾ ਜਾਂ ਫਿਰ ਹੋ ਰਿਹਾ ਉਹਨਾਂ ਨੂੰ ਕਿਸ ਤਰੀਕੇ ਨਾਲ ਅਸੀਂ ਬਚਾ ਸਕਦੇ ਹਾਂ। ਮੇਰੇ ਨਾਲ ਬੇਕਰਸਫੀਲਡ ਤੋਂ ਕਮਿਊਨਿਟੀ ਲੀਡਰ, ਸੋਸ਼ਲ ਐਕਟੀਵਿਸਟ ਔਰ ਅਮੈਰੀਕਨ ਸਿੱਖ ਕੌਂਸਲ ਦੇ ਐਗਜ਼ੈਕਟਿਵ ਮੈਂਬਰ ਡਾਕਟਰ ਮਨਵੀਰ ਸਿੰਘ ਬੇਕਰਸਫੀਲਡ ਤੋਂ ਆਪਣੀ ਫੈਮਿਲੀ ਦੇ ਨਾਲ ਉਹਨਾਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਮਨਵੀਰ ਸਿੰਘ ਜੀ ਦਾ ਸਵਾਗਤ ਕਰਾਂਗਾ, ਜੀ ਆਇਆਂ ਨੂੰ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੈਰੀ ਮੱਚ ਡਾਕਟਰ ਮਨਵੀਰ ਸਿੰਘ ਜੀ, ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਔਰ ਆਪਣੇ ਵਿਚਾਰ ਅੱਜ ਤੁਸੀਂ ਸਾਂਝੇ ਕਰੋਗੇ। ਉਹਨਾਂ ਦੇ ਨਾਲ ਉਹਨਾਂ ਦੇ ਪੁੱਤਰ, ਉਹਨਾਂ ਦੇ ਸਨ ਬਲਮੀਤ ਸਿੰਘ ਵੀ ਮੌਜੂਦ ਹਨ, ਉਹਨਾਂ ਦੀ ਵਾਈਫ ਤਰਨਜੀਤ ਕੌਰ ਵੀ ਮੌਜੂਦ ਹਨ ਜੋ ਕਿ ਬੇਕਰਸਫੀਲਡ ਤੋਂ ਸਾਡੇ ਨਾਲ ਪਹੁੰਚੇ ਹਨ, ਔਰ ਸਾਡੇ ਨਾਲ ਗੈਸਟ ਦੇ ਤੌਰ 'ਤੇ ਮੌਜੂਦ ਹਨ ਗੁਰਪ੍ਰੀਤ ਸਿੰਘ ਜਾਨੀ ਅਤੇ ਗੁਰਚਰਨ ਸਿੰਘ ਗਿੱਲ ਜੀ ਜੋ ਕਿ ਉਹ ਵੀ ਸਾਡੇ ਨਾਲ ਸ਼ਮੂਲੀਅਤ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਮੈਂ ਉਹ ਇੰਸੀਡੈਂਟ ਇਹਨਾਂ ਦੇ ਜ਼ੁਬਾਨੀ ਜਾਣਨਾ ਚਾਹਾਂਗਾ। ਮੈਂ ਜ਼ਮੀਨੀ ਪੱਧਰ 'ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੋਇਆ ਕੀ ਸੀਗਾ, ਇਹਨਾਂ ਨੇ ਸਭ ਕੁਝ ਵੇਖਿਆ ਆਪਣੀ ਅੱਖਾਂ ਤੋਂ, ਸੋ ਵੀ ਹੈਵ ਅ ਵਿਟਨੈਸ ਵੀ ਕੈਨ ਸੇ ਜੋ ਕਿ ਸਾਨੂੰ ਦੱਸਣਗੇ ਕਿ ਹੋਇਆ ਕੀ ਸੀਗਾ। ਅਤੇ ਡਾਕਟਰ ਮਨਵੀਰ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹੀ ਸਵਾਲ ਜਾਣਨਾ ਚਾਹੁੰਦਾ, ਤੁਸੀਂ ਲੋਕਲ ਉੱਥੇ ਰਹਿੰਦੇ ਹੋ, ਤੁਸੀਂ ਉਸ ਘਰ ਨੂੰ ਵੀ ਵੇਖਿਆ ਹੋਣਾ ਹੈ, ਤੁਸੀਂ ਉਸ ਫੈਮਿਲੀ ਨੂੰ ਵੀ ਜਾਣਦੇ ਹੋ, ਉਸ ਪਰਿਵਾਰ ਦੇ ਨਾਲ ਜੋ ਸੰਬੰਧ ਹਨ ਉਹਨਾਂ ਨਾਲ ਵੀ ਤੁਹਾਡੀ ਰਾਬਤਾ ਕਾਇਮ ਹੋ ਰਿਹਾ ਹੈ, ਤਾਂ ਜੋ ਗੱਲਾਂ ਹੋ ਰਹੀਆਂ ਤੁਸੀਂ ਆਪਣੀ ਅੱਖਾਂ ਤੋਂ ਸੁਣ ਰਹੇ ਹੋ, ਵੇਖ ਰਹੇ ਹੋ, ਅਤੇ ਮੈਂ ਜਾਣਨਾ ਚਾਹੁੰਦਾ ਕਿ ਹੋਇਆ ਕੀ ਸੀਗਾ ਔਰ ਹੁਣ ਅੱਗੇ ਕੀ ਚੱਲ ਰਿਹਾ। ਇਹ ਪਰਿਵਾਰ ਦੀ ਜਿਹੜੀ ਘਟਨਾ ਜਿਹੜੀ ਸੀ ਉਹ ਸਾਡੇ ਸਾਹਮਣੇ ਆਈ, ਪਰਿਵਾਰ ਨੂੰ ਅਸੀਂ ਨਹੀਂ ਜਾਣਦੇ ਸੀ, ਇਸ ਤਰ੍ਹਾਂ ਪਤਾ ਲੱਗਿਆ ਕਿ ਇਹ ਨਿਊਯਾਰਕ ਤੋਂ ਮੂੰਹ ਹੋਇਆ ਕੁਝ ਸਮਾਂ ਪਹਿਲਾਂ ਹੀ, ਠੀਕ ਹੈ, ਅਤੇ ਵਾਈਫ ਜਿਹੜੇ ਹੈ ਉਹ ਨਰਸ ਹੈਗੇ ਅਤੇ ਜਿਹੜੇ ਉਹਨਾਂ ਦੇ ਹਸਬੈਂਡ ਨੇ ਉਹ ਸਟੋਰ 'ਤੇ ਕੰਮ ਕਰਦੇ ਆ, ਅਤੇ ਇਹਨਾਂ ਦੇ ਜਿਹੜੀ ਛੋਟੀ ਬੱਚੀ ਹੈ 14 ਸਾਲ ਦੀ ਬੱਚੀ ਅਤੇ ਛੋਟਾ ਉਸ ਤੋਂ ਛੋਟਾ ਜਿਹੜਾ ਇਹਨਾਂ ਦਾ ਬੇਟਾ ਹੈ 10 ਸਾਲ ਦਾ, ਅਤੇ ਇੱਕ ਇਹਨਾਂ ਦਾ ਨੇਫਿਊ ਜਿਹੜਾ ਹੈ ਜਿਹੜਾ ਕਿ ਡਿਟੈਂਸ਼ਨ ਸੈਂਟਰ ਰਹਿ ਕੇ ਅਤੇ ਅੱਗੋਂ ਇੱਥੇ ਇਹਨਾਂ ਦੇ ਘਰ ਕਿਉਂਕਿ ਹੈਲਪ ਕਰ ਰਹੇ ਸੀ, ਇਹਨਾਂ ਦੇ ਘਰ ਉਹ ਰਹਿੰਦਾ ਹੁੰਦਾ ਸੀ।
ਅਤੇ ਨਾਲ ਹੀ ਜਿਹੜੀ ਬੇਅੰਤ ਕੌਰ ਹੈ ਬੀਬੀ ਜੀ ਜਿਹੜੇ ਆ ਉਹਨਾਂ ਦੇ ਮਾਤਾ ਪਿਤਾ ਬਜ਼ੁਰਗ ਜਿਹੜੇ ਆ ਉਹਨਾਂ ਦੇ ਘਰ 'ਚ ਰਹਿੰਦੇ ਹੁੰਦੇ ਸੀ। ਅਤੇ ਘਟਨਾ ਇਸ ਤਰ੍ਹਾਂ ਵਾਪਰੀ ਹੈ ਕਿ ਨਵੰਬਰ ਦੇ ਮਹੀਨੇ ਦੀ ਗੱਲ ਹੈ ਜਦੋਂ ਇਹਨਾਂ ਦੀ ਜਿਹੜੀ ਬੇਟੀ ਹੈ 14 ਸਾਲ ਦੀ ਉਹ ਪ੍ਰੈਗਨੈਂਟ ਹੋਈ ਆ ਅਤੇ ਪ੍ਰੈਗਨੈਂਸੀ ਤੋਂ ਬਾਅਦ ਜਿਹੜੀ ਐਗਜੈਕਟ ਗੱਲ ਹੈਗੀ ਉਹ ਤਾਂ ਰੱਬ ਹੀ ਜਾਣਦਾ ਜਾਂ ਉਹਨਾਂ ਨੂੰ ਪਤਾ ਹੋਏਗਾ। ਅਤੇ ਪਰ ਉਸਦਾ ਹੁਣ ਸਟਿਲ ਬਰਥ ਹੋਇਆ, ਮਿਸਕੈਰੇਜ ਹੋਇਆ, ਅਬਾਰਸ਼ਨ ਹੋਇਆ ਜਾਂ ਡਿਲੀਵਰੀ ਹੋਈ ਆ, ਇਹ ਡਿਫਰੈਂਟ ਟਰਮਸ ਮੈਡੀਕਲ ਟਰਮਸ ਹੈ ਜਿਨ੍ਹਾਂ ਨੂੰ ਮੈਂ ਦੱਸ ਨਹੀਂ ਸਕਦਾ ਐਗਜੈਕਟਲੀ, ਕਿਉਂਕਿ ਉਹ ਬੱਚੀ ਦਾ ਜਿਹੜਾ ਹੈਗਾ ਕਹਿੰਦੇ ਨੇ ਕਿ ਬਾਥਰੂਮ ਦੇ ਅੰਦਰ ਜਦੋਂ ਗਈ ਔਰ ਬੜੇ ਲੰਬੇ ਟਾਈਮ ਤੱਕ ਬਾਹਰ ਨਹੀਂ ਨਿਕਲੀ ਅਤੇ ਉਹਦੇ ਜਿਹੜੇ ਨਾਨਾ ਜੀ ਨਾਨੀ ਜੀ ਸੀ ਉਹਨਾਂ ਨੇ ਬੜਾ ਇਸ ਗੱਲ ਦਾ ਕੰਸਰਨ ਕੀਤਾ ਕਿ ਵੀ ਇਤਨੀ ਦੇਰ ਕਿਉਂ ਲਗਾ ਰਹੀ ਆ। ਅਤੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੇ ਆਪਣੀ ਬੇਟੀ ਜਿਹੜੀ ਬੇਅੰਤ ਕੌਰ ਹੈ ਉਹਨੂੰ ਦੱਸਿਆ, ਫਿਰ ਉਸਨੇ ਜਦੋਂ ਅਪਰੋਚ ਕੀਤਾ ਤਾਂ ਪਤਾ ਲੱਗਿਆ ਕਿ ਜਿਹੜਾ ਹੈ ਫੀਟਸ, ਮੈਂ ਕਹਾਂਗਾ ਕਿਉਂਕਿ ਐਗਜੈਕਟਲੀ ਬੇਬੀ ਤਾਂ ਨਹੀਂ ਕਹਿ ਸਕਦਾ ਪਰ ਫੀਟਸ, ਮੇਲ ਫੀਟਸ ਜਿਹੜਾ ਉਹ ਡਿਲੀਵਰ ਹੋਇਆ। ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਉਂਕਿ ਘਬਰਾ ਗਏ ਔਰ ਨੇਫਿਊ ਦੀ ਮਦਦ ਦੇ ਨਾਲ ਉਹਨਾਂ ਨੇ ਉਸਨੂੰ ਸਮ ਹਾਓ ਬਰੀ ਕੀਤਾ ਆਪਣੇ ਘਰ ਦੇ ਪਿੱਛੇ। ਇਹ ਘਟਨਾ ਤਾਂ ਪੁਰਾਣੀ ਹੈ, ਨਵੰਬਰ ਦੇ ਮਹੀਨੇ ਦੀ ਆ, ਨਵੰਬਰ ਦੇ ਮਹੀਨੇ 'ਚ ਆ ਹੋਇਆ, ਕਿਸੇ ਨੂੰ ਕੁਛ ਨਹੀਂ ਪਤਾ। ਅਤੇ ਹੁਣ ਕਹਿੰਦੇ ਕਿ ਕਰੀਬ ਹਫ਼ਤੇ 10 ਦਿਨ ਪਹਿਲਾਂ ਉਹਨਾਂ ਦੀ ਬੇਟੀ ਨੇ ਸਕੂਲ ਵਿੱਚ ਆਪਣੇ ਜਾ ਕੇ ਸ਼ਿਕਾਇਤ ਕੀਤੀ ਆ ਜਿਹੜੇ ਸੋਸ਼ਲ ਵਰਕਰ ਹੈ ਉਸਨੂੰ ਕਿ ਮੇਰਾ ਡਿਲੀਵਰੀ ਹੋਇਆ ਸੀ ਅਤੇ ਉਹਨੂੰ ਪਿੱਛੇ ਬਰੀ ਕਰਤਾ ਗਿਆ ਹੈਗਾ। ਬਸ ਉੱਥੋਂ ਇਨਵੈਸਟੀਗੇਸ਼ਨ ਸ਼ੁਰੂ ਹੋ ਗਏ। ਜਿੱਦਾਂ ਹੀ ਇਨਵੈਸਟੀਗੇਸ਼ਨ ਸ਼ੁਰੂ ਹੋਏ ਤਾਂ ਉਹਨਾਂ ਨੇ ਜਾ ਕੇ ਡਿਗ ਆਊਟ ਕਰਕੇ ਅਤੇ ਜਿਹੜੇ ਫੀਟਸ ਅਤੇ ਸਕਲਟਲ ਔਰ ਫਲੈਸ਼ਸ ਵਗੈਰਾ ਕਲੈਕਟ ਕੀਤੇ ਆ, ਐਂਡ ਦੈਨ ਇਟ ਵਾਜ਼ ਅ ਬਿਗ ਨਿਊਜ਼। ਜਿਹੜੀ ਨਿਊਜ਼ ਆ ਉਹ ਟੀ ਵੀ 'ਤੇ, ਨਿਊਜ਼ ਪੇਪਰ 'ਤੇ, ਸੋਸ਼ਲ ਮੀਡੀਆ 'ਤੇ ਉਹ ਇਤਨੀ ਜ਼ਿਆਦਾ ਹੋ ਗਈ ਕਿ ਦੇਖੋ ਜੀ ਬੱਚਾ ਜਿਹੜਾ ਉਹ ਇਸ ਤਰ੍ਹਾਂ ਡਿਲੀਵਰ ਕਰਕੇ ਉਹਨੂੰ ਮਾਰ ਕੇ ਅਤੇ ਬਰੀ ਕਰਤਾ ਹੈ। ਸੋ ਉਹਦਾ ਪ੍ਰਤੀਕਰਮ ਇਤਨਾ ਜ਼ਿਆਦਾ ਹੋਇਆ ਕਿ ਬੇਕਰਸ਼ੂਡ ਵਿੱਚ ਹਰੇਕ ਘਰ ਦੇ ਅੰਦਰ ਇਸ ਗੱਲ ਦੀ ਚਰਚਾ ਹੋਣਾ ਸ਼ੁਰੂ ਹੋ ਗਈ। ਘਰ ਘਰ ਦੇ ਅੰਦਰ ਜਿਹੜੇ ਬੱਚੇ ਸਕੂਲ ਜਾਂਦੇ ਸੀ ਉਹ ਬੜੇ ਘਬਰਾਏ ਹੋਏ ਸੀ ਕਿ ਇਹ ਕੀ ਹੋ ਗਿਆ, ਹੁਣ ਸਾਡੇ ਮਾਤਾ ਪਿਤਾ ਸਾਨੂੰ ਸਕੂਲ ਵੀ ਜਾਣ ਦੇਣਗੇ ਕਿ ਨਹੀਂ। ਅਤੇ ਜਿਹੜੇ ਪੇਰੈਂਟਸ ਸੀ ਉਹ ਵੀ ਬੜੇ ਘਬਰਾਏ ਹੋਏ ਸੀ ਕਿ ਇਹਦਾ ਕਿੱਦਾਂ ਹੋ ਗਿਆ। ਔਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਘਰ ਦੇ ਅੰਦਰ ਛਿੜ ਗਈਆਂ ਔਰ ਇਤਨੀ ਜ਼ਿਆਦਾ ਛਿੜ ਗਈਆਂ ਕਿ ਸਾਨੂੰ ਇੱਕ ਫੋਰਮ ਬਣਾਉਣਾ ਪਿਆ। ਅਸੀਂ 33 ਲੋਕਾਂ ਦਾ ਇੱਕ ਵਟਸਐਪ ਗਰੁੱਪ ਬਣਾਇਆ ਜਕਾਰਾ ਜਿਹੜੀ ਸੰਸਥਾ ਹੈਗੀ ਮਨਪ੍ਰੀਤ ਕੌਰ ਦੀ ਹੈਲਪ ਦੇ ਨਾਲ, ਅਤੇ ਉਹ ਅਸੀਂ ਗਰੁੱਪ ਬਣਾ ਕੇ ਅਤੇ ਸੰਡੇ ਨੂੰ, ਪਿਛਲੇ ਸੰਡੇ ਨੂੰ ਅਸੀਂ ਗੁਰਦੁਆਰੇ ਸਾਹਿਬ ਵਿੱਚ ਮੀਟਿੰਗ ਕੀਤੀ ਇਸ ਗੱਲ ਨੂੰ ਲੈ ਕੇ। ਉਸ ਤੋਂ ਬਾਅਦ ਇਸ ਇੰਸੀਡੈਂਟ ਤੋਂ ਤੁਸੀਂ ਵੇਖਿਆ, ਸਬਕ ਲਿਆ, ਉੱਥੇ ਦੇ ਜਿਹੜੇ ਫੋਰਮ ਹੈਗਾ ਤੁਸੀਂ ਅੱਗੇ ਵਧੇ, ਅਤੇ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕੀ ਕੁਝ ਅੱਗੇ ਹੁਣ ਰੋਡ ਮੈਪ ਤਿਆਰ ਕੀਤਾ ਜਾ ਰਿਹਾ। ਮੇਰੇ ਨਾਲ ਬਲਮੀਤ ਵੀ ਮੌਜੂਦ ਹਨ, ਉਹਨਾਂ ਦੇ ਵਾਈਫ ਵੀ ਮੌਜੂਦ ਹਨ। ਕਿਸ ਤਰੀਕੇ ਦਾ ਮਾਹੌਲ ਉਹਨਾਂ ਦੇ ਘਰ ਦੇ ਵਿੱਚ ਕ੍ਰੀਏਟ ਹੋਇਆ, ਕਿਉਂਕਿ ਇਹ ਜਿਹੜਾ ਇੰਸੀਡੈਂਟ ਸੀਗਾ ਲੋਕਲ ਬੇਕਰ ਸਟਰੀਟ ਦੇ ਵਿੱਚ ਹੋਇਆ, ਤਾਂ ਇਨਵੈਸਟੀਗੇਸ਼ਨ ਜਸ ਬ੍ਰੋਡਕਾਸਟਿੰਗ ਦੀ ਵੀ ਬੇਕਰ ਸਟਰੀਟ ਪਹੁੰਚੀ ਹੈ ਔਰ ਉੱਥੇ ਪਹੁੰਚ ਕੇ ਗਰਾਊਂਡ ਲੈਵਲ 'ਤੇ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਗੇ ਸਾਨੂੰ ਕੀ ਕਰਨ ਦੀ ਲੋੜ ਹੈ, ਹਾਊ ਵੀ ਕੈਨ ਪ੍ਰੋਟੈਕਟ ਆਰਸੈਲਫ ਔਰ ਸਾਨੂੰ ਕਮਿਊਨਿਟੀ ਨੂੰ ਪ੍ਰੋਗਰੈਸਿਵ ਕਿਵੇਂ ਕਰਨਾ ਹੈ। ਲਵਾਂਗੇ ਸਾਰੇ ਸਵਾਲਾਂ ਦਾ ਜਵਾਬ ਬ੍ਰੇਕ ਤੋਂ ਬਾਅਦ। ਦੇ ਵਿੱਚ ਅੱਜ ਅਸੀਂ ਸਲਮਾ ਵਿਖੇ ਹੈਗੇ ਹਾਂ, ਬੇਕਰਸਫੀਲਡ ਦੇ ਵਿੱਚ ਜੋ ਇੰਸੀਡੈਂਟ ਗੁਰਸਿੱਖ ਫੈਮਿਲੀ ਦੇ ਨਾਲ ਹੋਇਆ ਉਹਦੀ ਇਨਵੈਸਟੀਗੇਸ਼ਨ ਲਈ, ਉਹਦੀ ਔਥੈਂਟਿਸਿਟੀ ਨੂੰ ਚੈੱਕ ਕਰਨ ਦੇ ਲਈ ਸਾਡੀ ਟੀਮ ਇੱਥੇ ਜ਼ਮੀਨੀ ਪੱਧਰ 'ਤੇ ਪਹੁੰਚੀ ਹੈ। ਡਾਕਟਰ ਮਨਬੀਰ ਸਿੰਘ ਸਾਡੇ ਨਾਲ
ਮੇਨ ਪੈਨਲਿਸਟ ਦੇ ਵਿੱਚ ਅੱਜ ਮੌਜੂਦ ਹਨ ਜੋ ਕਿ ਸਾਨੂੰ ਇਸ ਬਾਰੇ ਦੱਸ ਰਹੇ ਹਨ ਕਿ ਹੋਇਆ ਸੀਗਾ। ਹੁਣ ਇਨ ਫਿਊਚਰ ਜਿਹੜੀ ਉੱਥੇ ਦੀ ਕੌਂਸਲ ਹੈਗੀ ਹੈ, ਜਿਹੜਾ ਉੱਥੇ ਦਾ ਫੋਰਮ ਹੈਗਾ, ਜਿਹੜੇ ਉੱਥੇ ਦੇ ਲੋਕਲ ਲਾਈਕ ਮਾਈਂਡਡ ਲੋਕ ਹਨ, ਜਿਹੜੇ ਬੇਕਰਸਫੀਲਡ ਦੇ ਥਿੰਕ ਟੈਂਕ ਹਨ, ਹੁਣ ਕੀ ਸੋਚ ਰਹੇ ਹਨ। ਉਹਨਾਂ ਥਿੰਕ ਟੈਂਕਾਂ ਵਿੱਚੋਂ ਇੱਕ ਖੁਦ ਆਪ ਹਨ ਡਾਕਟਰ ਮਨਬੀਰ ਸਿੰਘ। ਮੈਂ ਹੁਣ ਤੁਹਾਡੇ ਤੋਂ ਜਾਣਨਾ ਚਾਹਾਂਗਾ, ਉਸ ਤੋਂ ਬਾਅਦ ਤੁਹਾਡੇ ਜ਼ਿਹਨ ਦੇ ਵਿੱਚ ਇਹ ਗੱਲ ਆਈ, ਪੂਰਾ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਬੇਕਰਸਫੀਲਡ ਦੇ ਵਿੱਚ, ਉਹ ਮਾਹੌਲ ਕ੍ਰੀਏਟ ਹੋ ਗਿਆ। ਹਾਂਜੀ, ਹੁਣ ਨੈਕਸਟ ਸਟੈਪ ਉਸ ਤੋਂ ਬਾਅਦ ਕੀ ਲਿੱਤਾ ਜਾ ਰਿਹਾ? ਹਾਂਜੀ, ਅਸੀਂ ਲਾਸਟ ਸੰਡੇ ਜਦੋਂ ਮੀਟਿੰਗ ਕੀਤੀ ਅਤੇ ਸਾਰਿਆਂ ਨੂੰ ਇਨਵਾਈਟ ਕੀਤਾ, ਗੁਰਦੁਆਰੇ ਦੀ ਜਦੋਂ ਸਮਾਪਤੀ ਹੋਈ ਹੈ ਦੀਵਾਨ ਦੀ, ਉਸ ਤੋਂ ਬਾਅਦ ਅਸੀਂ ਸਾਰੇ ਬਹਿ ਗਏ। ਅਸੀਂ ਇਸ ਤਰ੍ਹਾਂ ਦੀ ਇੱਕ ਪੈਨਲ ਬਣਾਈ ਜਿਹਦੇ ਵਿੱਚ ਕਿ ਮੈਂਟਲ ਹੈਲਥ ਵਾਲੇ, ਬਿਹੇਵੀਅਰ ਇੰਪਰੂਵਲ ਵਾਲੇ, ਸਕਾਇਟ੍ਰਿਸਟ, ਗਾਇਨੇਕੋਲੋਜਿਸਟ, ਡਾਕਟਰ, ਸੋਸ਼ਲ ਐਕਟੀਵਿਸਟ ਔਰ ਲੀਗਲ ਅਫੇਅਰ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਸਾਰਿਆਂ ਨੂੰ ਬਿਠਾਇਆ, ਸਕੂਲ ਦੇ ਬੱਚਿਆਂ ਨੂੰ ਔਰ ਬੱਚਿਆਂ ਨੂੰ ਵੀ ਬੁਲਾਇਆ ਅਤੇ ਅਸੀਂ ਉਹਨਾਂ ਨਾਲ ਇਸ ਵਿਸ਼ੇ 'ਤੇ ਗੱਲਬਾਤ ਕੀਤੀ। ਸਾਰੇ ਪੈਨਲਿਸਟ ਨੇ ਆਪਣੇ ਆਪਣੇ ਵਿਚਾਰ ਦੱਸੇ ਕਿ ਇਸ ਜਿਹੜਾ ਹੋਇਆ ਪ੍ਰੋਬਲਮ ਉਹਦੀ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਸੈਗਮੈਂਟਸ ਹੈਗੇ, ਲੀਗਲ ਸੈਗਮੈਂਟ ਹੈ, ਇੱਕ ਫੈਮਿਲੀ ਸੈਗਮੈਂਟ ਹੈ, ਅਤੇ ਉਹ ਸਾਰੇ ਜਿਹੜੇ ਆ ਉਸ 'ਤੇ ਵਿਚਾਰ ਦੇ ਕੇ ਫਿਰ ਅਸੀਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਸਾਡੇ ਕੋਲ ਸਵਾਲ ਪੁੱਛੋ ਤਾਂ ਅਸੀਂ ਓਪਨ ਕਮਿਊਨੀਕੇਸ਼ਨ ਕਰ ਸਕੀਏ ਔਰ ਸਿੱਖ ਸਕੀਏ। ਅਤੇ ਕਾਫੀ ਚੀਜ਼ਾਂ ਸਮਝ ਵਿੱਚ ਆਈਆਂ ਕਿ ਜਿੱਦਾਂ ਇੱਥੇ ਮਤਲਬ ਕੈਲੀਫੋਰਨੀਆ ਵਿੱਚ 2001 ਵਿੱਚ ਇੱਕ ਲਾਅ ਬਣ ਗਿਆ ਸੀ ਕਿ ਟੀਨਏਜਰ ਪ੍ਰੈਗਨੈਂਸੀਆਂ ਜਿਹੜੀਆਂ ਉਹਦੇ 'ਚ ਮੋਰਟੈਲਿਟੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਉਹਨੂੰ ਕਿਸ ਤਰ੍ਹਾਂ ਪ੍ਰੀਵੈਂਟ ਕੀਤਾ ਜਾਵੇ। ਸੋ ਇਹਨਾਂ ਨੇ ਉਸ ਵੇਲੇ ਉਹਨੂੰ ਕਹਿੰਦੇ ਸੇਫ ਸਰੈਂਡਰ ਲਾਅ ਬਣਾਇਆ ਸੀ ਇਹਨਾਂ ਨੇ। ਉਹਦਾ ਮਤਲਬ ਵੀ ਇਹ ਸੀ ਕਿ ਜਿਹੜੇ ਟੀਨਏਜਰ ਹੈਗੇ ਉਹਨਾਂ ਦੇ ਅਗਰ ਬੱਚੇ ਹੁੰਦੇ ਨੇ ਤਾਂ ਉਹਨਾਂ ਨੇ ਸਿਰਫ 911 ਫੋਨ ਕਰਕੇ ਜਾਂ ਫਾਇਰ ਬ੍ਰਿਗੇਡ ਵਾਲੇ ਨੂੰ ਫੋਨ ਕਰਕੇ ਜਾਂ ਪੁਲਿਸ ਡਿਪਾਰਟਮੈਂਟ ਨੂੰ ਫੋਨ ਹੀ ਕਰਨਾ ਹੁੰਦਾ ਅਤੇ ਉਹਨਾਂ ਦੀ ਇਨਫੋਰਮੇਸ਼ਨ ਸਾਰੀ ਬੜੀ ਕੌਨਫੀਡੈਂਸ਼ੀਅਲ ਰੱਖ ਕੇ ਉਹ ਬੱਚਾ ਵੀ ਲੈ ਜਾਂਦੇ ਆ ਔਰ ਫਿਰ ਉਸ ਨੂੰ ਜਿਸ ਤਰ੍ਹਾਂ ਵੀ ਉਹਨਾਂ ਨੇ ਅਡੋਪਸ਼ਨ ਏਜੰਸੀ ਨੂੰ ਦੇਣਾ ਹੈ ਉਹ ਦੇ ਦਿੰਦੇ ਨੇ, ਉਸ ਨਾਲ ਜਿਸ ਨਾਲ ਕਿ ਬੱਚੇ ਦੀ ਸੰਭਾਲ ਠੀਕ ਠਾਕ ਹੋ ਸਕੇ ਅਤੇ ਉਹ ਇੱਕ ਯੰਗ ਮਦਰ ਜਿਹੜੀ ਸਿੰਗਲ ਪੇਰੈਂਟਲ ਜਿਹੜੀ ਪ੍ਰੋਬਲਮ ਆਉਂਦੀ ਹੈ ਉਸ ਤੋਂ ਉਹ ਪਰਿਵਾਰ ਬਚ ਸਕੇ। ਸੋ ਉਹ ਲਾਜ਼ਮੀ ਬਣਿਆ ਹੈਗਾ, ਹੁਣ ਤਦ ਤਾਂ ਇੰਸੀਡੈਂਟਸ ਘੱਟ ਗਏ ਆ, ਜਿਹੜੀ ਟੀਨਏਜਰ ਪ੍ਰੈਗਨੈਂਸੀ ਤੋਂ ਰਿਲੇਟਡ ਡੈਥ ਹੁੰਦੀਆਂ ਸੀ ਉਹ ਘੱਟ ਗਈਆਂ। ਸੋ ਉਹ ਲਾਅ ਦੇ ਬਾਰੇ ਸਾਡੇ ਜਿਹੜੇ ਲੀਗਲ ਪੈਨਲ ਸੀ ਉਹਨਾਂ ਨੇ ਸਾਰਾ ਦੱਸਿਆ ਕਿ ਬਹੁਤ ਸਾਰੇ ਇੱਕ ਸੇਫ ਤਰੀਕੇ ਹੋ ਸਕਦੇ ਆ ਅਗਰ ਪ੍ਰੈਗਨੈਂਸੀ ਹੋ ਜਾਵੇ ਤਾਂ, ਟੀਨਏਜਰ ਪ੍ਰੈਗਨੈਂਸੀ। ਠੀਕ ਹੈ, ਹਾਲਾਂਕਿ ਸਾਡੇ ਉਸ ਵੇਲੇ ਸਾਡੇ ਕਥਾਵਾਚਕ ਜਿਹੜਾ ਸੀ ਗ੍ਰੰਥੀ ਸਾਹਿਬ, ਉਹਨਾਂ ਨੇ ਵੀ ਬਹੁਤ ਸਾਰਾ ਧਾਰਮਿਕ ਤਰੀਕੇ ਨਾਲ ਦੱਸਿਆ ਕਿ ਪਹਿਲੀ ਗੱਲ ਤਾਂ ਹੈ ਕਿ ਨਾਟ ਓਨਲੀ ਟੀਨਏਜਰ, ਜਦ ਤੱਕ ਵਿਆਹ ਨਾ ਹੋ ਜਾਵੇ ਰਿਲੇਸ਼ਨ ਰੱਖਣੇ ਨਹੀਂ ਚਾਹੀਦੇ ਆ। ਇਹੀ ਗੱਲ ਮੈਂ ਵੀ ਹਮੇਸ਼ਾ ਪ੍ਰਮੋਟ ਕਰਦਾ, ਭਾਵੇਂ ਮੇਰੇ ਜਿੰਨੇ ਇੰਪਲੋਈ ਹਿਸਪੈਨਿਕ ਹੈਗੇ, ਕੋਈ ਪੰਜਾਬੀ ਤਾਂ ਹੈ ਨਹੀਂ, ਪਰ ਮੈਂ ਹਮੇਸ਼ਾ ਇਹ ਕਹਿੰਦਾ ਕਿ ਜਦ ਤੱਕ ਤੁਹਾਡਾ ਮੈਰਿਜ ਨਾ ਹੋ ਜਾਵੇ ਤਦ ਤੱਕ ਰਿਲੇਸ਼ਨ ਨਹੀਂ ਰੱਖਣੇ ਚਾਹੀਦੇ ਆ, ਕਿਉਂਕਿ ਉਸ ਤੋਂ ਪਹਿਲਾਂ ਤੁਸੀਂ ਰਿਲੇਸ਼ਨ ਟਾਈਮ ਤੋਂ ਪਹਿਲਾਂ ਜਦੋਂ ਵੀ ਕੋਈ ਕੰਮ ਕਰਦੇ ਹੋ ਨਾ ਉਹ ਹਮੇਸ਼ਾ ਹਾਨੀਕਾਰਕ ਹੈ। ਜਿਸ ਤਰ੍ਹਾਂ DMB ਦੇ ਰੂਲ ਹੈ ਕਿ ਵੀ ਇਤਨੇ ਸਾਲ ਦੀ ਉਮਰ ਤੋਂ ਬਾਅਦ ਤੁਸੀਂ ਕਾਰ ਚਲਾ ਸਕਦੇ ਹੋ, ਉਸ ਤਰ੍ਹਾਂ ਹੀ ਸਾਡੇ ਵੀ ਇੱਕ ਧਾਰਮਿਕ ਸੰਸਕਾਰਿਕ ਰੂਲ ਸਾਡੇ 'ਤੇ ਬੜਾ ਅੱਛੇ ਰਹਿਤ ਮਰਿਆਦਾ ਬਣੀ ਹੋਈ ਆ, ਕੋਈ ਸਵਾਲ ਹੈ ਉਹਦੇ 'ਚ ਤੁਸੀਂ ਦੇਖ ਲਓ। ਅਤੇ ਸਮੇਂ ਤੋਂ ਪਹਿਲਾਂ ਆਪਾਂ ਜੋ ਕੁਛ ਕਰਦੇ ਹਾਂ ਔਰ ਵਿਆਹ ਤੋਂ ਪਹਿਲਾਂ ਰਿਲੇਸ਼ਨ ਰੱਖਦੇ ਹਾਂ ਤਾਂ ਪ੍ਰੋਬਲਮ ਇਸ ਤਰ੍ਹਾਂ ਦੇ ਆ ਜਾਂਦੇ ਆ। ਸੋ ਅਗਰ ਉਸ ਪਾਸੇ ਜ਼ਿਆਦਾ ਧਿਆਨ ਦੇਈਏ ਤਾਂ ਇਹ ਸਾਰੀ ਪ੍ਰੋਬਲਮ ਤੋਂ ਆਪਾਂ ਬਚ ਸਕਦੇ ਹਾਂ। ਔਰ ਅਗਰ ਬਾਏ ਚਾਂਸ ਅਗਰ ਕੋਈ ਮਿਸਟੇਕ ਹੋ ਵੀ ਜਾਂਦੀ ਹੈ ਤਾਂ ਉਹਨੂੰ ਸੋਲਵ ਕਰਨ ਦੇ ਲੀਗਲ ਤਰੀਕੇ ਬੜੇ ਸਾਰੇ ਹੈਗੇ ਜਿਹੜੇ ਕਿ ਸਾਨੂੰ ਅਵੇਅਰ ਕਰਨ ਦੀ ਲੋੜ ਹੈ ਸਾਡੇ ਟੀਨੇਜਰਸ ਨੂੰ ਔਰ ਕਮਿਊਨਿਟੀ ਨੂੰ ਕਿ ਯੂ ਡੋਂਟ ਹੈਵ ਟੂ ਬ੍ਰੇਕ ਦਾ ਲਾਅ। ਠੀਕ ਹੈ, ਵਿਦਇਨ ਦਾ ਲਾਅ ਤੁਸੀਂ ਇਸ ਨੂੰ ਸੋਲਵ ਕਰ ਸਕਦੇ ਆ। ਸੋ ਇਸ ਬਾਰੇ ਅਸੀਂ ਅਵੇਅਰ ਕਰਨ ਵਾਸਤੇ ਇਹ ਯਤਨ ਕੀਤੇ ਸੀ ਸਾਡੀ ਮੀਟਿੰਗ ਵਿੱਚ।
ਅਤੇ ਤੁਸੀਂ ਯਤਨ ਕੀਤੇ, ਅਵੇਅਰ ਕੀਤਾ, ਹੁਣ ਉਹਦਾ ਪ੍ਰੈਕਟੀਕਲ ਐਗਜ਼ਾਮਪਲ ਹੀ ਸਾਡੇ ਨਾਲ ਇੱਥੇ ਮੌਜੂਦ ਹੈ। ਉਹਨਾਂ ਦੇ ਬੇਟੇ ਆ ਡਾਕਟਰ ਮਨਵੀਰ ਸਿੰਘ ਹੋਰਾਂ ਦੇ ਸਾਡੇ ਨਾਲ ਗੈਸਟ ਐਜ਼ ਅਨ ਮੌਜੂਦ ਹਨ। ਅਤੇ ਬਲਮੀਤ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਤੁਸੀਂ ਇਸ ਇੰਸੀਡੈਂਟ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ, ਔਰ ਤੁਹਾਡੇ ਮਦਰ ਵੀ ਇੱਥੇ ਬੈਠੇ ਨੇ, ਤੁਹਾਡੇ ਫਾਦਰ ਵੀ ਬੈਠੇ ਨੇ ਨਾਲ ਹੀ, ਅਤੇ ਘਰ ਦੇ ਵਿੱਚ ਤੁਹਾਨੂੰ ਉਹਨਾਂ ਨੇ ਕਿਵੇਂ ਜਾਗਰੂਕ ਕੀਤਾ, ਕਿਵੇਂ ਅਵੇਅਰ ਕੀਤਾ? ਪ੍ਰੈਕਟੀਕਲ ਗੱਲ ਸਾਡੇ ਦਰਸ਼ਕਾਂ ਨੂੰ, ਯੂਥ ਨੂੰ ਕੀ ਦੱਸਣਾ ਚਾਹੁੰਦੇ ਹੋ? ਹਾਂਜੀ ਜਸਕੀਰਤ ਸਿੰਘ ਜੀ, ਜਿਹੜਾ ਇੰਸੀਡੈਂਟ ਹੋਇਆ ਬੇਕਰ ਸੀਲਡ ਵਿੱਚ, ਪਹਿਲੀ ਗੱਲ ਦੇਖਿਆ ਕੋਈ ਯੂਨੋ ਹੁਣ ਮੀਡੀਆ ਵਿੱਚ ਸੈਂਸੇਸ਼ਨਲਾਈਜ਼ ਹੋ ਗਿਆ, ਪਰ ਇਹ ਕੋਈ ਨਵੀਂ ਚੀਜ਼ ਨਹੀਂ ਹੈ, ਕਈ ਟਾਈਮ ਤੋਂ ਹੁੰਦਾ ਆ ਰਿਹਾ, ਅਤੇ ਕੋਈ ਇਸ ਕਮਿਊਨਿਟੀ ਦੀ ਕੋਈ ਗੱਲ ਨਹੀਂ ਹੈ, ਇਹ ਹਰ ਕਮਿਊਨਿਟੀ ਵਿੱਚ ਹੁੰਦਾ। ਸੋ ਇਹ ਵੈਰੀ ਕਾਮਨ ਪਲੇਸ ਇੰਸੀਡੈਂਟ ਹੈਗਾ, ਜਿਹੜਾ ਵੈਰੀ ਕਾਮਨਲੀ ਹੁੰਦਾ ਹੈ ਸਾਰੇ ਕਲਚਰਸ ਵਿੱਚ, ਸਾਰੇ ਕਮਿਊਨਿਟੀਜ਼ ਵਿੱਚ। ਅਤੇ ਇਸ ਚੀਜ਼ ਨੂੰ ਇਸ ਕੋਂਟੈਕਸਟ ਵਿੱਚ ਲੈਣਾ ਚਾਹੀਦਾ ਕਿ ਪਤਾ ਹੋਏ ਕਿ ਇਹ ਕਾਮਨ ਕਾਮਨ ਚੀਜ਼ ਹੈਗੀ, ਭਾਵੇਂ ਆਪਾਂ ਗੱਲ ਨਹੀਂ ਕਰਦੇ, ਯੂਨੋ ਜਿਹੜਾ ਕੁਛ ਵੀ ਹੋਏ, ਭਾਵੇਂ ਰੀਪ੍ਰੋਡਕਟਿਵ ਹੈਲਥ ਇਸ਼ੂਜ ਹੋਣ, ਭਾਵੇਂ ਸੈਕਸ਼ੂਅਲ ਅਬਿਊਸ ਹੋਏ, ਭਾਵੇਂ ਸੈਕਸ਼ੂਅਲ ਹੈਲਥ ਦੀ ਗੱਲ ਹੋਏ, ਆਪਾਂ ਆਪਣੇ ਕਮਿਊਨਿਟੀ ਵਿੱਚ ਇਹ ਗੱਲ ਕਰਦੇ ਨਹੀਂ, ਟੈਬੂ ਟੋਪਿਕ ਰੱਖੇ ਹੋਏ ਨੇ, ਪਰ ਇਹ ਕਾਮਨ ਕਾਮਨ ਚੀਜ਼ਾਂ ਹੈਗੀਆਂ ਅਤੇ ਇਹ ਹੁੰਦੇ ਆਉਂਦੇ ਨੇ ਅਤੇ ਹੁੰਦੇ ਆਉਣਗੇ ਹਮੇਸ਼ਾ। ਸੋ ਤਾਂ ਹੀ ਇਸ ਤਰ੍ਹਾਂ ਦੇ ਲਾਅ ਜਿਹੜੇ ਡਾਕਟਰ ਮਨਵੀਰ ਸਿੰਘ ਫਾਦਰ ਸਾਹਿਬ ਨੇ ਹੁਣੇ ਗੱਲ ਕੀਤੀ ਸੀ, ਉਸ ਤਰ੍ਹਾਂ ਦੇ ਬਣੇ ਹੋਏ ਨੇ ਜਿਸ ਨਾਲ ਕਿ ਲੀਗਲੀ ਤੁਸੀਂ ਟੇਕ ਕੇਅਰ ਕਰ ਸਕੋ। ਜਦੋਂ ਇਹ ਇੰਸੀਡੈਂਟ ਦਾ ਪਤਾ ਲੱਗਿਆ, ਮੈਨੂੰ ਤਾਂ ਪਹਿਲੀ ਗੱਲ ਤਾਂ ਦੁੱਖ ਲੱਗਿਆ ਕਿ ਇਸ ਤਰ੍ਹਾਂ ਹੋਇਆ ਲੋਕਲ ਕਮਿਊਨਿਟੀ ਵਿੱਚ। ਦੂਜਾ ਮੈਨੂੰ ਮੇਨ ਦੁੱਖ ਲੱਗਿਆ ਕਿ ਇੰਸੀਡੈਂਟ ਹੋਇਆ ਅਤੇ ਉਸ ਦਾ ਜੋ ਰਿਸਪੋਂਸ ਸੀ ਕਮਿਊਨਿਟੀ ਵੱਲੋਂ, ਉੱਥੋਂ ਮੈਨੂੰ ਲੱਗਿਆ ਕਿ ਅਸੀਂ ਐਜ਼ ਅ ਕਮਿਊਨਿਟੀ ਅਸੀਂ ਫੇਲ ਕੀਤਾ। ਬਿਕਾਜ਼ ਜੋ ਇੰਸੀਡੈਂਟ ਹੋਇਆ ਉਹ ਠੀਕ ਹੈ, ਹੋ ਗਿਆ, ਉਹਦਾ ਰਿਸਪੋਂਸ ਜੋ ਹੋਇਆ ਉਸ ਕਰਕੇ ਹੀ ਜਿਹੜੇ ਕੁੜੀ ਦੇ ਫਾਦਰ ਸੀ ਉਹਨਾਂ ਨੇ ਸੁਸਾਈਡ ਕਮਿਟ ਕੀਤਾ। ਸੋ ਸਾਡੀ ਕਮਿਊਨਿਟੀ ਵਿੱਚ ਜਦੋਂ ਹੀ ਇਹ ਹੋਇਆ ਗੱਲ, ਯੂਨੋ ਮੈਨੂੰ ਪਰਸਨਲੀ ਲੰਡਨ, ਟੋਰਾਂਟੋ, ਵੈਨਕੂਵਰ, ਇੰਡੀਆ ਤੋਂ ਫੋਨ ਆ ਰਹੇ, ਵਟਸਐਪ ਮੈਸੇਜਿਸ ਆ ਰਹੇ, ਸੋਸ਼ਲ ਮੀਡੀਆ 'ਤੇ ਦੇਖੋ ਤਾਂ ਲੋਕ ਗੱਲ ਕਰ ਰਹੇ ਕਿ ਇਹ ਹੋ ਗਿਆ, ਪਰਿਵਾਰ ਦੀ ਫੋਟੋਆਂ ਪਾ ਰਹੇ ਹਰ ਜਗ੍ਹਾ, ਰਾਈਟ, ਸਾਰੇ ਕ੍ਰਿਟੀਸਾਈਜ਼ ਕਰ ਰਹੇ ਕਿ ਇਸ ਤਰ੍ਹਾਂ ਕੀਤਾ ਗਿਆ, ਇਹ ਕੀ ਹੋਇਆ, ਉਹ ਕਿਸ ਤਰ੍ਹਾਂ ਕੀਤਾ। ਸੋ ਹਰ ਇੱਕ ਦਾ ਓਪੀਨੀਅਨ ਹੁੰਦਾ ਹੈ ਕਿ ਇਸ ਚੀਜ਼ ਨੂੰ ਕਿਉਂ ਕੀਤਾ ਗਿਆ ਜਾਂ ਕਿਸ ਤਰ੍ਹਾਂ ਹੈਂਡਲ ਕਰਨਾ ਚਾਹੀਦਾ, ਪਰ ਅਨਲੈਸ ਤੁਸੀਂ ਉਸ ਫੈਮਲੀ ਦੇ ਯੂਨੋ ਉਹਨਾਂ ਦੇ ਸ਼ੂਜ਼ ਵਿੱਚ ਉੱਥੇ ਖੜ੍ਹੇ ਹੋ, ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕਿਸ ਤਰ੍ਹਾਂ ਰਿਐਕਟ ਕਰੋਗੇ। ਸੋ ਸਿੰਪਥਾਈਜ਼ ਕਰਨ ਦੇ ਬਜਾਏ ਅਤੇ ਸਪੋਰਟ ਦੇਣ ਦੇ ਬਜਾਏ ਐਜ਼ ਅ ਕਮਿਊਨਿਟੀ ਅਸੀਂ ਉਹ ਪਰਿਵਾਰ ਨੂੰ ਕੰਡੈਮ ਕੀਤਾ। ਸੋ ਉਸ ਕੰਡੈਮਨੇਸ਼ਨ ਨਾਲ ਜਿਹੜਾ ਪ੍ਰੈਸ਼ਰ ਪਿਆ ਉਸ ਫੈਮਲੀ ਵਿੱਚ, ਆਲਰੇਡੀ ਇੱਕ ਬ੍ਰੋਕਨ ਟਫ ਸਿਚੁਏਸ਼ਨ, ਉਸ ਫੈਮਲੀ ਫਰਦਰ ਬ੍ਰੇਕ ਹੋ ਗਈ। ਬਿਲਕੁਲ, ਫੈਮਲੀ ਕਿਵੇਂ ਬ੍ਰੇਕ ਹੋਈ, ਮੈਂ ਇੱਥੇ ਬਲਮੀਤ ਨੂੰ ਰੋਕ ਰਿਹਾ, ਲੇਕਿਨ ਸਮਾਂ ਮੈਨੂੰ ਇੱਥੇ ਕਮਰਸ਼ੀਅਲ ਬ੍ਰੇਕ ਲਈ ਰੋਕ ਰਿਹਾ। ਫੈਮਲੀ ਬ੍ਰੇਕ ਕਿਵੇਂ ਹੋਈ, ਫੈਮਲੀ ਨੂੰ ਕਿਵੇਂ ਰੋਕਿਆ ਜਾ ਸਕਦਾ ਸੀਗਾ, ਫਾਦਰ ਨੇ ਸੁਸਾਈਡ ਕਿਉਂ ਕੀਤਾ, ਕੀ ਮਾਹੌਲ ਜਿਹੜਾ ਉਹ ਕ੍ਰੀਏਟ ਹੋਇਆ, ਉਹ ਜ਼ਰੂਰ ਲਵਾਂਗਾ ਮੈਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਇਸ ਬ੍ਰੇਕ ਤੋਂ ਬਾਅਦ। ਦੋਸਤੋ, ਮੁੜ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ, ਔਰ ਵਿਚਾਰ ਬੇਕਰਸਫੀਲਡ ਦੇ ਵਿੱਚ ਜੋ ਗੁਰਸਿੱਖ ਫੈਮਲੀ ਦੇ ਨਾਲ ਹੋਇਆ, ਤੁਹਾਡੇ ਜ਼ਿਹਨ ਦੇ ਵਿੱਚ ਇਹ ਸਵਾਲ ਚੱਲ ਰਿਹਾ ਹੋਣਾ ਕਿ ਜੋ ਫੈਮਲੀ ਦੇ ਨਾਲ ਹੋ ਗਿਆ ਸੀ, ਕਿਉਂ ਉਹਨੂੰ ਉਜਾਗਰ ਕਰ ਰਹੇ ਹਾਂ, ਕਿਉਂ ਅਸੀਂ ਸਾਹਮਣੇ ਉਹਨੂੰ ਲੈ ਕੇ ਆ ਰਹੇ ਹਾਂ? ਸੋਸ਼ਲ ਮੀਡੀਆ ਨੇ ਕਮੀ ਨਹੀਂ ਛੱਡੀ,
ਔਰ ਇੱਥੇ ਤੱਕ ਤਾਂ ਅਮੈਰੀਕਨ ਮੀਡੀਆ ਨੇ ਵੀ ਕਮੀ ਨਹੀਂ ਛੱਡੀ, ਉਹਨਾਂ ਨੇ ਵੀ ਇਸ ਮੁੱਦੇ ਨੂੰ ਭਗਦਾ ਮਸਲਾ ਬਣਾਇਆ, ਔਰ ਕਿਵੇਂ ਉਹਨਾਂ ਨੇ ਜਾ ਕੇ ਗੁਰੂ ਘਰਾਂ ਦੇ ਵਿੱਚ ਓਪੀਨੀਅਨ ਦਿੱਤੀ ਔਰ ਕਮਿਊਨਿਟੀ ਨੂੰ ਸਾਹਮਣੇ ਰੱਖਤਾ ਕਿ ਇਹ ਦੇਖੋ ਸਿੱਖ ਕਮਿਊਨਿਟੀ ਕਿਵੇਂ ਕੰਮ ਕਰਦੀ ਹੈ। ਮੈਂ ਕਿਸੇ ਵੀ ਅਮੈਰੀਕਨ ਮੀਡੀਆ ਦੇ ਚੈਨਲ ਦਾ ਨਾਮ ਨਹੀਂ ਲਵਾਂਗਾ, ਲੇਕਿਨ ਸੋਸ਼ਲ ਮੀਡੀਆ ਦੇ ਉੱਤੇ ਵੱਖ ਵੱਖ ਚੈਨਲ ਇਸ ਗੱਲ ਨੂੰ ਦਸਤਕ ਦਿੰਦੇ ਹੋਏ ਨਜ਼ਰ ਆਏ। ਬਲਮੀਤ, ਯੂ ਥਿੰਕ ਵਟ ਆਈ ਐਮ ਟਾਕਿੰਗ, ਆਰ ਵੀ ਔਨ ਸੇਮ ਪੇਜ? ਹਾਂਜੀ ਬਿਲਕੁਲ, ਯੂ ਨੋ ਇੰਟਰਸਟਿੰਗ ਗੱਲ ਹੈ ਕਿ ਦੂਜੀ ਕਮਿਊਨਿਟੀ ਵਿੱਚ ਕੋਈ ਵੀ ਇੰਸੀਡੈਂਟ ਹੋਇਆ ਅਤੇ ਜਦੋਂ ਕਮਿਊਨਿਟੀ ਵਿੱਚ ਇੰਸੀਡੈਂਟ ਹੁੰਦਾ ਹੈ ਹਮੇਸ਼ਾ ਕਿਹਾ ਜਾਂਦਾ ਹੈ ਕਿ ਉਹ ਆਈਸੋਲੇਟਡ ਚੀਜ਼ ਹੈ। ਅਤੇ ਹੁਣ ਦੇਖੋ ਜਿਸ ਤਰ੍ਹਾਂ ਰੀਸੈਂਟਲੀ ਹੁਣੇ ਨਿਊਜ਼ ਵਿੱਚ ਆਇਆ ਕਿ ਜਿਹੜਾ ਬੋਮਿੰਗ ਹੋਇਆ ਇਨ ਦ ਮਾਸਕ, ਜਿਹੜੇ ਟੈਰਰਿਸਟ ਅਟੈਕ ਹੋਏ ਨੇ, ਉਹਨਾਂ ਨੇ ਪਤਾ ਲਗਾਇਆ ਕਿ ਜਿਹੜਾ ਟੈਰਰਿਸਟ ਹੈਗਾ ਉਹ ਗੋਰਾ ਹੈ। ਸੋ ਬਿਕਾਜ਼ ਉਹ ਗੋਰਾ ਹੈਗਾ ਉਹ ਹੁਣ ਆ ਰਿਹਾ ਹੈ ਕਿ ਅੱਛਾ ਹੀ ਇਜ਼ ਅ ਲੋਨ ਵੋਲਫ, ਇਕੱਲਾ ਐਕਟ ਕਰ ਰਿਹਾ ਹੈ, ਉਹਦੇ ਕੀ ਇਸ਼ੂ ਸੀ ਉਹਨੂੰ, ਯੂ ਨੋ ਉਹਨੂੰ ਕੋਈ ਕੋਈ ਨਾ ਕੋਈ ਮੈਂਟਲ ਹੈਲਥ ਇਲਨੈਸ ਹੈਗੀ, ਉਹਦਾ ਉਹਦਾ ਬੈਕਗਰਾਊਂਡ ਕੀ ਹੈਗਾ, ਕਿਉਂ ਹੋ ਰਿਹਾ। ਪਰ ਸੇਮ ਚੀਜ਼ ਜੇ ਕਰੇ ਮੁਸਲਮਾਨ ਜਾਂ ਜੇ ਕਰੇ ਕੋਈ ਹੋਰ ਕਮਿਊਨਿਟੀ ਤੋਂ ਇਮੀਡੀਏਟਲੀ ਪੂਰੀ ਕਮਿਊਨਿਟੀ ਨੂੰ ਕਿਹਾ ਜਾਂਦਾ ਕਿ ਇਹ ਕਮਿਊਨਿਟੀ ਦਾ ਇਸ਼ੂ ਹੈ ਕਿ ਕਮਿਊਨਿਟੀ ਟੈਰਰਿਸਟ ਹੈਗੇ। ਸੇਮ ਹੋਏ ਇਸ ਇੰਸੀਡੈਂਟ ਵਿੱਚ ਬੇਕਰਸਫੀਲਡ ਵਿੱਚ ਕੀ ਹੋਇਆ ਕਿ ਸਿੱਖ ਕਮਿਊਨਿਟੀ ਨੂੰ ਪੇਂਟ ਕਰਕੇ ਇਸ਼ੂ ਰੇਜ਼ ਹੋ ਰਿਹਾ ਹੈ ਕਿ ਉਹ ਦਿਸ ਇਜ਼ ਅ ਸਿੱਖ ਇਸ਼ੂ, ਦਿਸ ਇਜ਼ ਅ ਪੰਜਾਬੀ ਇਸ਼ੂ, ਦਿਸ ਇਜ਼ ਸਾਊਥ ਏਸ਼ੀਅਨ ਇਸ਼ੂ, ਕਿ ਆਨਰ ਕਿਲਿੰਗ, ਰਿਪਰੈਸਿਵ ਕਲਚਰ, ਇਸ ਤਰ੍ਹਾਂ ਦੇ ਜਿਹੜੇ ਟਰਮੀਨੋਲੋਜੀ ਹੈ ਉਹ ਅਮੈਰੀਕਨ ਮੀਡੀਆ ਅੱਗੇ ਲੈ ਕੇ ਜਾ ਰਹੀ ਹੈ, ਜਦੋਂ ਰਿਐਲਿਟੀ ਹੈਗੀ ਕਿ ਹਰ ਕਲਚਰ ਵਿੱਚ ਹੁੰਦਾ ਅਤੇ ਇੱਕ ਫੈਮਲੀ ਦਾ ਆਈਸੋਲੇਟਿਡ ਇੰਸੀਡੈਂਟ ਹੈਗਾ ਅਤੇ ਜਦੋਂ ਹੋਇਆ ਉਸ ਫੈਮਲੀ ਨੂੰ ਸਪੋਰਟ ਕਰਨ ਦੇ ਬਜਾਏ ਅਸੀਂ ਇੱਕ ਪੂਰੀ ਕਮਿਊਨਿਟੀ ਨੂੰ ਕੰਡੈਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੰਡੈਮ ਕੀਤਾ, ਫੈਮਲੀ ਨੂੰ ਸਪੋਰਟ ਨਹੀਂ ਕੀਤਾ ਗਿਆ। ਅਗਰ ਸਮੇਂ ਰਹਿੰਦੇ ਫੈਮਲੀ ਨੂੰ ਸਪੋਰਟ ਕੀਤਾ ਜਾਂਦਾ ਤਾਂ ਸ਼ਾਇਦ ਫਾਦਰ ਨੂੰ ਬਚਾਇਆ ਜਾ ਸਕਦਾ ਸੀਗਾ। ਔਰ ਮੈਨੂੰ ਇੱਕ ਗੱਲ ਬਹੁਤ ਇੰਟਰਸਟਿੰਗ ਲੱਗੀ ਬਲਮੀਤ ਦੀ ਕਿ ਅਸੀਂ ਜਿਹੜੇ ਮੇਨ ਮੁੱਦੇ ਹੈ, ਅਸੀਂ ਸਿੱਖੀ ਦੀ ਗੱਲ ਕਰਦੇ ਹਾਂ, ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹਾਂ, ਲੇਕਿਨ ਜਿਵੇਂ ਮੈਨੂੰ ਬਲਮੀਤ ਨੇ ਕਿਹਾ ਕਿ ਸੈਕਸ ਐਜੂਕੇਸ਼ਨ, ਸੈਕਸ ਅਬਿਊਜ਼, ਇਹਨਾਂ ਬਾਰੇ ਅਸੀਂ ਗੱਲ ਨਹੀਂ ਕਰਦੇ। ਇਹ ਅਸੀਂ ਟੋਪਿਕ ਅਜਿਹੇ ਰੱਖੇ ਹੋਏ ਨੇ ਕਿ ਗੱਲ ਕਰਾਂਗੇ ਤਾਂ ਸਾਡੀ ਜਿਹੜੀ ਸੋਚ ਹੈ ਉਹ ਬੜੀ ਮਾੜੀ ਅਸੀਂ ਪੇਸ਼ ਕਰਦੇ ਹਾਂ, ਅਤੇ ਮੈਂ ਤੁਹਾਡੇ ਕਮੈਂਟ ਜਾਣਨਾ ਚਾਹਾਂਗਾ। ਹਾਂਜੀ ਬਿਲਕੁਲ, ਆਪਣੇ ਜਿਹੜੇ ਗੁਰੂ ਘਰ ਵੀ ਹੈਗੇ, ਜਿੰਨੇ ਵੀ ਆਪਣੇ ਗੁਰਦੁਆਰੇ ਸਾਹਿਬ ਹੈਗੇ, ਆਪਾਂ ਉੱਥੇ ਜਾਂਦੇ ਹਾਂ ਸ਼ਬਦ ਕੀਰਤਨ ਸੁਣ ਕੇ, ਕਥਾ ਸੁਣ ਕੇ, ਅਤੇ ਆਪਾਂ ਪ੍ਰਸ਼ਾਦੇ ਛੱਕ ਕੇ ਘਰ ਨੂੰ ਆ ਜਾਂਦੇ ਹਾਂ। ਪਰ ਜਿਹੜੇ ਆਪਣੇ ਟੀਨੇਜਰ ਬੱਚੇ ਜਿਹੜੇ ਆ ਉਹ ਅਟੈਚ ਫੀਲ ਨਹੀਂ ਕਰਦੇ ਆ, ਉਹ ਜਾਂ ਤਾਂ ਗੁਰਦੁਆਰੇ ਨਹੀਂ ਆਉਣਗੇ ਜਾਂ ਪਾਰਕਿੰਗ ਲਾਟ ਤੱਕ ਹੀ ਰਹਿ ਜਾਂਦੇ ਆ, ਅਤੇ ਉਹਨਾਂ ਕਿਉਂਕਿ ਉਹਨਾਂ ਦਾ ਜਿਹੜਾ ਇੰਟਰਸਟ ਹੁੰਦਾ ਉਹਨੂੰ ਆਪਾਂ ਇੰਟਰਟੇਨ ਨਹੀਂ ਕਰ ਪਾ ਰਹੇ ਹਾਂ। ਉਹਨਾਂ ਦਾ ਇੰਟਰਸਟ ਹੁੰਦਾ ਕਿ ਮੈਂ ਅਗਲਾ ਕਲਾਸ ਲੈਣੀ ਹੈ, ਮੇਰਾ GPA ਗ੍ਰੇਡ ਪੁਆਇੰਟ ਕਿੱਦਾਂ ਇੰਪਰੂਵ ਹੋਏਗਾ, ਮੈਂ ਕਿਹੜੀ ਯੂਨੀਵਰਸਿਟੀ ਵਿੱਚ ਜਾਣਾ ਹੈ, ਮੈਨੂੰ ਜਿਹੜੇ ਉਹਨਾਂ ਦੀ ਰੀਪ੍ਰੋਡਕਟਿਵ ਹੈਲਥ ਨੂੰ ਲੈ ਕੇ ਜਾਂ ਸੈਕਸ਼ੁਅਲ ਰਿਲੇਟਡ ਜਿਹੜੇ ਟੋਪਿਕ ਹੁੰਦੇ ਆਪਾਂ ਉਸਨੂੰ ਅਵੋਇਡ ਕਰ ਜਾਂਦੇ ਹਾਂ। ਅਗਰ ਉਹਨੂੰ ਪੀਅਰ ਪ੍ਰੈਸ਼ਰ ਹੈ ਜਾਂ ਉਹਨੂੰ ਬੁਲਿੰਗ ਵਗੈਰਾ ਦੀ ਕੋਈ ਪ੍ਰੋਬਲਮ ਹੈ, ਉਸਨੂੰ ਆਪਾਂ ਸੋਲਵ ਨਹੀਂ ਕਰ ਪਾ ਰਹੇ ਹਾਂ। ਸੋ ਹੋਣਾ ਤਾਂ ਇਹ ਚਾਹੀਦਾ ਕਿ ਗੁਰਦੁਆਰੇ ਸਿੱਖੀ ਦੇ ਕੇਂਦਰ ਹੈ, ਉੱਥੇ ਇਹ ਸਾਰੀ ਚੀਜ਼ਾਂ ਵੀ ਅਵੇਲੇਬਲ ਹੋਣ। ਅਤੇ ਮੈਂ ਉੱਥੇ ਡੀਟੋਇਟ ਦੇਖਿਆ ਸੀ ਗੁਰਦੁਆਰੇ 'ਚ, ਮੈਨੂੰ ਬੜਾ ਅੱਛਾ ਲੱਗਿਆ, ਉਹਨਾਂ ਨੇ ਡਿਫਰੈਂਟ ਰੂਮਸ ਬਣਾਏ ਹੋਏ ਆ। ਇੱਕ ਕਮਰੇ ਦੇ ਅੰਦਰ ਅਗਰ ਕੋਈ ਬੱਚਾ ਤਬਲਾ ਸਿੱਖ ਰਿਹਾ, ਦੂਜੇ ਕਮਰੇ 'ਚ ਅਗਰ ਕੀਰਤਨ ਸਿੱਖ ਰਿਹਾ,
ਤੀਜੇ ਕਮਰੇ ਦੇ ਅੰਦਰ ਨਿਊਟ੍ਰੀਸ਼ਨ ਦੀ ਕਲਾਸਿਸ ਲੱਗ ਰਹੀਆਂ। ਓਕੇ, ਚੌਥੇ ਕਮਰੇ ਵਿੱਚ ਉਹਦਾ ਲੱਗ ਰਿਹਾ ਕਿ ਵੀ ਉਹ ਜਿਹੜੇ 11th ਗ੍ਰੇਡਰ ਨੇ ਜਿਨ੍ਹਾਂ ਨੇ ਕਾਲਜ ਜਾਣਾ ਹੈਗਾ ਉਹਨਾਂ ਦੇ ਵਾਸਤੇ ਗਾਈਡਲਾਈਨ ਚੱਲ ਰਹੀ ਹੈ ਕਿ ਵੀ ਤੁਹਾਨੂੰ ਕਿਹੜੇ ਕਿਹੜੇ ਕੌਂਸਲਰ ਆਇਆ ਤੇ ਉਹ ਦੱਸ ਰਿਹਾ ਕਿ ਤੁਹਾਨੂੰ ਕਿਹੜੀ ਕਿਹੜੀ ਕਲਾਸਿਸ ਜੁਆਇਨ ਕਰਨੀ ਚਾਹੀਦੀ। ਇਟ ਮੇਕਸ ਸੈਂਸ ਕਿਉਂਕਿ ਤੁਹਾਨੂੰ ਇੱਕ ਉਹ ਪ੍ਰੋਸਪੈਕਟਿਵ ਦੇਖਣਾ ਪਏਗਾ ਟੀਨੇਜਰਸ ਦਾ ਕਿ ਉਹਨਾਂ ਦੀ ਕੀ ਹੈਗੀ, ਉਹਨਾਂ ਦੀ ਰਿਕੁਆਇਰਮੈਂਟ ਕੀ ਹੈਗੀ। ਉਹ ਉਹ ਤੁਹਾਨੂੰ ਲੱਗਦਾ ਕਿ ਸਾਨੂੰ ਗੁਰੂ ਘਰਾਂ ਦੇ ਵਿੱਚ ਇਹ ਵੀ ਸਬਜੈਕਟਸ ਲਿਆਉਣ ਦੀ ਲੋੜ ਹੈ? ਬਿਲਕੁਲ ਕਰਨੀ ਚਾਹੀਦੀ ਹੈ, ਗੌਰ ਕਰਨ ਦੀ ਜ਼ਰੂਰਤ ਹੈ। ਉਸ ਨਾਲ ਬੱਚੇ ਵੀ ਇਹ ਰਿਲੇਟ ਕਰਨਗੇ, ਗੁਰਦੁਆਰੇ ਨਾਲ ਜੁੜਨਗੇ, ਕਨੈਕਟ ਹੋਣਗੇ, ਉਹਨਾਂ ਨੇ ਹੀ ਸਾਰਾ ਕੁਝ ਸੰਭਾਲਣਾ ਹੈ। ਠੀਕ ਹੈ, ਤਰਨਜੀਤ ਕੌਰ ਜੀ ਵੀ ਮੇਰੇ ਨਾਲ ਮੌਜੂਦ ਹਨ ਜੋ ਕਿ ਡਾਕਟਰ ਮਨਵੀਰ ਸਿੰਘ ਹੋਰਾਂ ਦੇ ਵਾਈਫ ਹਨ ਔਰ ਬਲਮੀਤ ਨਾਲ ਬੈਠੇ ਉਹਨਾਂ ਦੇ ਸਨ ਹਨ। ਮੈਂ ਤਰਨਜੀਤ ਜੀ ਤੋਂ ਇਹ ਜਾਣਨਾ ਚਾਹਾਂਗਾ, ਸਭ ਤੋਂ ਪਹਿਲਾਂ ਤੁਸੀਂ ਮਾਂ ਹੋ, ਤੁਸੀਂ ਮਾਂ ਹੋ ਔਰ ਤੁਸੀਂ ਵਾਈਫ ਹੋ, ਤੁਸੀਂ ਉਸ ਸਿਚੁਏਸ਼ਨ 'ਤੇ ਹੁੰਦੇ ਔਰ ਅੱਜ ਜੋ ਹੋਇਆ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਰਿਲੇਟ ਕਰਦੇ? ਹਾਂਜੀ, ਇਹ ਜਦੋਂ ਵੀ ਨਿਊਜ਼ ਅਸੀਂ ਸਾਨੂੰ ਮਿਲੀ ਇੱਥੇ ਬੇਕਰਸਫੀਲਡ ਵਿੱਚ, ਅਤੇ ਸਾਰਿਆਂ ਵਾਸਤੇ ਹੀ ਕਾਫੀ ਸ਼ੌਕਿੰਗ ਸੀ, ਬਹੁਤ ਡਿਪਰੈਸਿੰਗ ਸੀ, ਅਤੇ ਇਟ ਵਾਜ਼ ਲਾਈਕ ਰੀਅਲੀ ਹਾਰਡ ਟੂ ਬਿਲੀਵ ਕਿ ਮਤਲਬ ਕਿਸ ਤਰ੍ਹਾਂ ਹੋ ਗਿਆ। ਖੈਰ ਐਨੀ ਕੋਈ ਵੀ ਇਸ ਸਿਚੁਏਸ਼ਨ ਵਿੱਚ ਆ ਸਕਦਾ ਹੈਗਾ, ਕਿਸੇ ਦੇ ਉੱਪਰ ਵੀ ਇਹ ਸਿਚੁਏਸ਼ਨ ਆ ਸਕਦੀ ਹੈਗੀ ਹੈ, ਪਰ ਉਸ ਨੂੰ ਹੈਂਡਲ ਕਰਨ ਦਾ ਤਰੀਕਾ ਸਾਨੂੰ ਐਜ਼ ਅ ਕਮਿਊਨਿਟੀ ਸਾਡੇ ਯੂ ਨੋ ਗੁਰਦੁਆਰਿਆਂ ਵਿੱਚ ਜਾਂ ਸਾਡੀ ਕਮਿਊਨਿਟੀ ਨੂੰ ਇਤਨਾ ਪਤਾ ਨਹੀਂ ਹੈਗਾ, ਕਿਉਂਕਿ ਸ਼ੇਮ ਮਤਲਬ ਤੁਸੀਂ ਸੋਚਦੇ ਹੋ ਕਿ ਬਈ ਲੋਕ ਕੀ ਕਹਿਣਗੇ, ਹੈ ਨਾ, ਅਤੇ ਇਸ ਕਰਕੇ ਉਹਨਾਂ ਨੇ ਮਤਲਬ ਕੀਤਾ ਉਹ ਸਭ, ਹੈ ਨਾ, ਅਤੇ ਪਰ ਸਪੋਰਟ ਨਹੀਂ ਮਿਲਿਆ। ਬਾਕੀ ਕਮਿਊਨਿਟੀ ਨੇ ਕੋਈ ਰੀਚ ਆਊਟ ਕਰਕੇ ਉਹਨਾਂ ਨੂੰ ਸਿੰਪਥਾਈਜ਼ ਨਹੀਂ ਕੀਤਾ, ਮੀਡੀਆ ਵਿੱਚ, ਹੋਰ ਵੀ ਜਿਸ ਤਰ੍ਹਾਂ ਫੇਸਬੁੱਕ ਹੈਗਾ ਜਾਂ ਸੋਸ਼ਲ ਮੀਡੀਆ ਵਿੱਚ ਕਾਫੀ ਉਹਨਾਂ ਨੂੰ ਕੰਡੈਮਨੇਸ਼ਨ ਮਿਲਿਆ। ਅਤੇ ਈਵਨ ਜਿਹੜੇ ਜਗਸੀਰ ਸਿੰਘ ਜਿਨ੍ਹਾਂ ਨੇ ਆਪਣਾ ਯੂ ਨੋ ਟੀਨੇਜ ਦੇ ਫਾਦਰ ਜਿਹੜੇ ਹੈਗੇ ਆ, ਉਹਨਾਂ ਨੂੰ ਜਦੋਂ ਜੇਲ੍ਹ ਤੋਂ ਰਿਹਾਅ ਕੀਤਾ ਗਿਆ, ਜਦੋਂ ਬੇਲ 'ਤੇ ਉਹ ਆਏ ਘਰ, ਅਤੇ ਉਹ ਇਕੱਲੇ ਸੀ ਔਰ ਉਹਨਾਂ ਦੇ ਪਿੱਛੇ ਪਿੱਛੇ ਮੀਡੀਆ ਚੱਲ ਰਿਹਾ ਸੀ, ਉਹਨਾਂ ਨੂੰ ਕੋਈ ਪਿਕਅਪ ਕਰਨ ਨਹੀਂ ਗਿਆ। ਉਹ ਜਿੱਥੇ ਪੁਲਿਸ ਸਟੇਸ਼ਨ ਤੋਂ ਜਿੱਥੋਂ ਨਿਕਲੇ ਬਾਹਰ, ਉੱਥੋਂ ਲੈ ਕੇ ਉਹਨਾਂ ਦਾ ਘਰ ਦਾ ਡਿਸਟੈਂਸ ਅਬਾਊਟ 9-10 ਮਾਈਲਸ ਹੋਣਾ, ਸੋ ਉਹ ਵਾਕ ਕਰਕੇ, ਬਾਹਰ ਬਾਰਿਸ਼ ਆ ਰਹੀ ਸੀ ਔਰ ਉਹ ਵਾਕ ਕਰਕੇ ਆਪਣੇ ਘਰ ਗਏ, ਕਿਉਂਕਿ ਉਹਨਾਂ ਦੇ ਕੋਲ ਨਾ ਫੋਨ ਸੀ, ਨਾ ਵਾਲਟ ਸੀ, ਅਤੇ ਨਾ ਕੁਝ ਹੋਰ ਯੂ ਨੋ ਐਨੀਥਿੰਗ। ਸੋ ਕਮਿਊਨਿਟੀ ਨੇ ਰੀਚ ਆਊਟ ਨਹੀਂ ਕੀਤਾ ਕਿ ਵੀ ਯੂ ਨੋ ਕਿਸੇ ਨੇ ਉਹਨਾਂ ਨੂੰ ਪਿਕਅਪ ਕਰਨਾ ਹੋਏ ਜਾਂ, ਹੈ ਨਾ, ਇਸ ਤਰ੍ਹਾਂ। ਅਤੇ ਉਹ ਕਾਫੀ ਉਸ ਮਤਲਬ ਯੂ ਨੋ ਕਮਿਊਨਿਟੀ ਦੇ ਨੋਨ ਸਪੋਰਟ ਕਰਕੇ ਉਹ ਇਤਨੇ ਹਿਊਮਿਲੀਏਟਿਡ ਹੋ ਗਏ ਕਿ ਯੂ ਨੋ ਉਹਨਾਂ ਨੂੰ ਲਾਈਕ ਫਾਈਨਲੀ ਉਹਨਾਂ ਨੇ ਸੁਸਾਈਡ ਕੀਤਾ। ਕਿਉਂਕਿ ਤੁਸੀਂ ਐਜ਼ ਇਨ ਹੁਣ ਇਸ ਟਾਈਮ ਮੇਰੇ ਨਾਲ ਵਾਈਫ ਗੱਲ ਕਰ ਰਹੇ ਹੋ, ਐਜ਼ ਇਨ ਮਦਰ ਗੱਲ ਕਰ ਰਹੇ ਹੋ, ਅਤੇ ਮੈਂ ਸਮਝ ਸਕਦਾ ਕਿ ਇਸ ਟਾਈਮ ਉਹਨਾਂ ਦੇ ਨਾਲ ਕੀ ਵਾਪਰ ਰਹੀ ਹੋਏਗੀ ਜੋ ਕਿ ਜਿਸ ਫੈਮਿਲੀ ਦੇ ਨਾਲ ਇਹ ਹੋਇਆ। ਡਾਕਟਰ ਸਾਹਿਬ, ਹਾਂਜੀ, ਕਿਉਂਕਿ ਮੈਨੂੰ ਇੱਕ ਸਵਾਲ ਇੱਕ ਮੇਰੇ ਜ਼ਿਹਨ ਦੇ ਵਿੱਚ ਜ਼ਰੂਰ ਆਉਂਦਾ ਕਿ ਆਪਾਂ ਗੱਲ ਸਾਰੀ ਕਰ ਲਈ ਕਿ ਸਾਨੂੰ ਸਕੂਲ ਦੇ ਵਿੱਚ ਐਜੂਕੇਸ਼ਨ ਦੇਣ ਦੀ ਲੋੜ ਹੈਗੀ ਹੈ, ਜਿਵੇਂ ਤੁਹਾਡੇ ਵਾਈਫ ਨੇ ਵੀ ਦੱਸਿਆ ਕਿ ਮਦਦ ਨਹੀਂ ਕੀਤੀ, ਇਹ ਇੱਕ ਇੰਸੀਡੈਂਟ ਨਹੀਂ ਹੋਇਆ, ਜਿਵੇਂ ਬਲਮੀਤ ਨੇ ਵੀ ਸਾਨੂੰ ਦੱਸਿਆ ਇਹ ਇੰਸੀਡੈਂਟ ਹੁੰਦੇ ਰਹਿੰਦੇ ਹਨ, ਅਤੇ ਜਿਵੇਂ ਤੁਸੀਂ ਕਿਹਾ ਕਿ ਹੁਣ ਇੱਕ ਸੁਸਾਈਡ ਸਰੈਂਡਰ ਕਰਕੇ ਸੰਸਥਾ ਬਣੀ ਹੈ, ਤਾਂ ਤੁਹਾਨੂੰ ਲੱਗਦਾ ਕਿ ਸਾਡੀ ਕੌਮ ਦੇ ਵਿੱਚ ਵੀ ਜ਼ਰੂਰਤ ਹੈਗੀ ਇੱਕ ਅਜਿਹੀ ਸੰਸਥਾ ਦੀ ਜੋ ਇਸ ਪਾਸੇ ਜਾਗਰੂਕ ਕਰ ਸਕੇ, ਇਸ ਪਾਸੇ ਧਿਆਨ ਲਾ ਸਕੇ ਔਰ ਕੌਨਫੀਡੈਂਸ਼ੀਅਲ ਕੰਮ ਕਰ ਸਕੇ? ਹਾਂਜੀ, ਬਿਲਕੁਲ ਲੋੜ ਹੈਗੀ। ਅਸੀਂ ਜਿਹੜਾ ਹੁਣ ਜਗਸੀਰ ਸਿੰਘ ਦਾ ਫੁਨਰਲ ਸੀ, ਅਤੇ ਉਸ ਦਿਨ ਅਸੀਂ ਇਹੀ ਗੱਲਾਂ ਕਰਦੇ ਸੀ
ਕਿ ਸਾਨੂੰ ਇੱਕ ਮੰਥਲੀ ਫੋਰਮ ਬਣਾਉਣਾ ਪਏਗਾ ਜਿਹਦੇ ਵਿੱਚ ਤੁਸੀਂ ਕੀਨੋਟ ਸਪੀਕਰ ਬੁਲਾ ਕੇ ਇੱਕ ਸਬਜੈਕਟ ਦਾ, ਅਤੇ ਸਾਰੇ ਬੱਚਿਆਂ ਨੂੰ ਬੁਲਾਓ ਔਰ ਕਹੋ ਕਿ ਤੁਸੀਂ 45 ਮਿੰਟ ਦੀ ਟੋਕ ਸੁਣੋ, 15 ਮਿੰਟ ਤੁਹਾਡੇ ਕੁਸ਼ਚਨ ਆਨਸਰ ਸੈਸ਼ਨ ਹੋਏਗਾ, ਉਹਦੇ ਵਿੱਚ ਇਹ ਜਿਹੜੇ ਇਸ਼ੂ ਹੁੰਦੇ ਆ ਬੱਚਿਆਂ ਦੇ, ਟੀਨੇਜਰਸ ਦੇ, ਬੁਲਿੰਗ ਵਾਲਾ ਇਸ਼ੂ ਹੈਗਾ, ਰੀਪ੍ਰੋਡਕਟਿਵ ਹੈਲਥ ਵਾਲਾ ਇਸ਼ੂ ਹੈ, ਟੀਨੇਜ ਪ੍ਰੈਗਨੈਂਸੀ ਵਾਲਾ ਇਸ਼ੂ ਹੈ, ਓਪਨਲੀ ਗੱਲ ਕਰੋ, ਇਹਦੇ ਵਿੱਚ ਸ਼ਰਮਾਉਣ ਦੀ ਲੋੜ ਨਹੀਂ, ਕਿਉਂਕਿ ਬੱਚੇ ਬਾਹਰੋਂ ਇਨਫੋਰਮੇਸ਼ਨ ਲੈ ਕੇ ਆਉਂਦੇ ਉਹ ਕਰੈਕਟ ਨਹੀਂ ਹੁੰਦੀ ਕਈ ਵਾਰੀ, ਇਸ ਤੋਂ ਚੰਗਾ ਤਾਂ ਇਹ ਹੈਗਾ ਕਿ ਆਪ ਇਨਫੋਰਮੇਸ਼ਨ ਦੇ ਦਿਓ, ਡਾਇਲੋਗ ਹੋਣਾ ਚਾਹੀਦਾ, ਡਾਇਲੋਗ ਹੋਣਾ ਚਾਹੀਦਾ, ਡਾਇਲੋਗ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਸਮਝ ਸਕਦੇ ਹਾਂ। ਬਿਲਕੁਲ, ਅਸੀਂ ਇਹੀ ਗੱਲ ਨੂੰ ਜਾਰੀ ਵੀ ਰੱਖਾਂਗੇ। ਗੁਰਪ੍ਰੀਤ ਸਿੰਘ ਜਾਨੀ ਮੇਰੇ ਨਾਲ ਮੌਜੂਦ ਹਨ, ਜਿਨ੍ਹਾਂ ਨੇ ਸ਼ਮੂਲੀਅਤ ਪਿਛਲੇ ਵੀਕਐਂਡ ਵੀ ਸਾਡੇ ਨਾਲ ਕੀਤੀ ਸੀਗੀ। ਮੈਂ ਉਹਨਾਂ ਤੋਂ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ, ਉਹਨਾਂ ਦੀ ਲਾਈਫ ਦੇ ਵਿੱਚ ਇੱਕ ਰੀਅਲ ਪ੍ਰੈਕਟੀਕਲ ਐਗਜ਼ਾਮਪਲ ਹੈਗਾ ਆਪਣੇ ਬੱਚਿਆਂ ਨੂੰ ਲੈ ਕੇ, ਉਹ ਕੀ ਐਗਜ਼ਾਮਪਲ ਉਹ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਨ, ਕਿਉਂਕਿ ਇਹ ਅੱਜ ਜਸ ਬ੍ਰੋਡਕਾਸਟਿੰਗ ਦੀ ਮੁਹਿੰਮ ਹੈਗੀ ਹੈ ਕਿ ਅਸੀਂ ਮੁੱਦੇ ਨੂੰ ਨਹੀਂ ਉਛਾਲ ਰਹੇ, ਅਸੀਂ ਇੱਕ ਅਵੇਅਰਨੈਸ ਪ੍ਰੋਗਰਾਮ ਅੱਜ ਮੁੱਦੇ ਦੇ ਰਾਹੀਂ ਕ੍ਰੀਏਟ ਕੀਤਾ ਕਿ ਵਟ ਵੀ ਕੈਨ ਡੂ ਨੈਕਸਟ, ਔਰ ਸਾਡੀ ਕਮਿਊਨਿਟੀ ਪ੍ਰੋਗਰੈਸਿਵ ਕਿਵੇਂ ਹੋਵੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੋਸਤੋ, ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਜਿਸ ਇੰਸੀਡੈਂਟ ਬਾਰੇ ਅਸੀਂ ਗੱਲ ਕਰ ਰਹੇ ਹਾਂ, ਕਿਹੜੇ ਕਿਹੜੇ ਸਟੈਪਸ ਸਾਨੂੰ ਲੈਣ ਦੀ ਲੋੜ ਹੈਗੀ ਹੈ, ਹੁਣ ਮੇਰੇ ਨਾਲ ਗੁਰਪ੍ਰੀਤ ਸਿੰਘ ਜਾਨੀ ਮੌਜੂਦ ਹੈਗੇ ਨੇ। ਇਹ ਆਪਣਾ ਇੱਕ ਰੀਅਲ ਪ੍ਰੈਕਟੀਕਲ ਐਗਜ਼ਾਮਪਲ ਦੱਸਣਾ ਚਾਹੁੰਦੇ ਹਨ ਜੋ ਕਿ ਇਹਨਾਂ ਦੇ ਬੱਚਿਆਂ ਦੇ ਨਾਲ ਹੋ ਰਿਹਾ, ਔਰ ਜੋ ਇਹ ਓਬਜ਼ਰਵ ਕਰਕੇ ਆਪਣੇ ਬੱਚਿਆਂ ਨੂੰ ਗਾਈਡ ਕਰ ਰਹੇ ਹਨ। ਜਾਨੀ ਜੀ, ਗੋ ਅਹੈਡ। ਹਾਂਜੀ, ਮੇਰੇ ਦੋ ਬੇਟੇ ਹੈ ਜੀ, ਆਪਣਾ ਇੱਕ ਬੇਟੀ ਹੈ, ਇੱਕ 9 ਸਾਲ ਦਾ ਮੁੰਡਾ ਅਤੇ ਛੋਟਾ 7 ਸਾਲ ਦਾ ਅਤੇ ਗੁੜੀਆ 4 ਸਾਲ ਦੀ ਹੈ। ਹੁਣ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਹਾਂ। ਜਿੱਥੋਂ ਮੈਂ ਫੀਲ ਕੀਤਾ, ਬੱਚਿਆਂ ਨੂੰ ਜਦੋਂ ਆਉਂਦੇ ਆ ਉਹਨਾਂ ਨੇ ਅਨੁਸਾਰ ਬੈਗ ਸਿੱਟਣੇ ਆ, ਗੇਮ ਖੇਡਣੀ ਆ, ਠੀਕ ਹੈ। ਮੈਂ ਉਹਨਾਂ ਦੀ ਇੱਕ ਦਿਨ ਗੇਮ ਚੱਕ ਕੇ ਰੱਖਤੀ, ਮੈਂ ਕਿਹਾ ਤੁਸੀਂ ਖੇਡਣੀ ਨਹੀਂ ਕੀਤਾ, ਮੈਂ ਉਹਨਾਂ ਨੇ ਕਿਹਾ 3 ਮਹੀਨੇ ਗੇਮ ਨਹੀਂ ਖੇਡਣੀ। ਉਸੇ ਉਹਨਾਂ ਦੇ ਐਗਜ਼ਾਮ ਚੱਲਦੇ ਸੀਗੇ, ਉਹਨਾਂ ਦੇ ਨੰਬਰ ਵੀ ਘੱਟ ਆਏ, ਅਤੇ ਉਹਨਾਂ ਨੇ ਅੱਗੇ ਪਹਿਲਾਂ ਵਧੀਆ ਪੜ੍ਹਦੇ ਸੀਗੇ, ਕਿਉਂਕਿ ਬੱਚੇ ਦਾ ਕਈ ਵਾਰੀ ਮਾਇੰਡ ਸਟੱਡੀ ਦੇ ਗੇਮ ਦੇ ਨਾਲ ਹੀ ਬੱਚੇ ਦਾ ਮਾਇੰਡ ਹੁੰਦਾ ਵਾ। ਅਤੇ ਉਹਨਾਂ ਨੇ, ਮੈਂ ਵੀ ਦੇਖਿਆ ਉਹਨਾਂ ਨੇ ਖੇਡਣਾ ਆਉਣੀ ਆ, ਸਾਰਾ ਕੁਛ ਨਹੀਂ ਕਰਨਾ। ਫਿਰ ਉਹਨਾਂ ਨੂੰ ਮੈਂ ਪੰਜਾਬੀ ਸਕੂਲ ਦੇ ਵਿੱਚ ਪਾਇਆ, ਮੈਂ ਉਹਨਾਂ ਨੂੰ ਕਹਿੰਦਾ ਭੰਗੜਾ ਸਿੱਖ ਲਓ, ਉਹਨਾਂ ਨੇ ਕਹਿੰਦਾ ਅਸੀਂ ਸਿੱਖਣਾ ਨਹੀਂ ਗਾ, ਅਸੀਂ ਗੇਮ ਬਾਸਕਟਬਾਲ ਖੇਡਣੀ ਆ। ਅਤੇ ਹਰੇਕ ਸਾਲ ਆਪਣਾ ਮਗਲੇ ਸਾਲ ਵੀ ਅਤੇ ਆਹ ਸਾਲ ਵੀ ਉਹਦਾ ਕੋਚ ਉਹਨੂੰ ਕਹਿੰਦਾ ਵੀ ਹੀ ਇਜ਼ ਬੈਸਟ ਪਲੇਅਰ। ਬੱਚਿਆਂ ਦੇ ਨਾਲ ਤੁਹਾਨੂੰ ਉਹਨਾਂ ਦਾ ਫਰੈਂਡ ਬਣ ਕੇ, ਉਹਨਾਂ ਦੀਆਂ ਬੱਚਿਆਂ ਨੂੰ ਗੱਲਾਂ ਸੁਣ ਕੇ ਤੁਹਾਨੂੰ ਉਹਦੇ ਨਾਲ ਅਟੈਚ ਰਹਿਣਾ ਪੈਣਾ। ਜੇ ਆਪਾਂ ਕਹੀਏ ਵੀ ਹਾਂ ਵੀ ਬੱਚਿਆਂ ਨੂੰ ਆ ਕੇ ਇਕੱਲੀ ਰੋਟੀ ਪਕਾ ਕੇ ਖਵਾਤੀ ਆ, ਅਤੇ ਉਹਨਾਂ ਨੂੰ ਬਸ ਕਹਿ ਦਈਏ ਵੀ ਹਾਂ ਵੀ ਪੁੱਤ ਸੌਂ ਜਾਓ ਅਤੇ ਸਵੇਰੇ ਉੱਠ ਕੇ ਨਹਾ ਕੇ ਤੁਹਾਨੂੰ ਭੇਜ ਦਾਂਗੇ, ਉਹਨਾਂ ਨੂੰ ਪੁੱਛਣਾ ਤੂੰ ਕੀ ਮੰਗਦਾ, ਕੀ ਕਰਨਾ, ਅਸੀਂ ਤੇਰੇ ਨਾਲ ਹਾਂ। ਸੋ ਇਹਨਾਂ ਚੀਜ਼ਾਂ ਦੇ ਨਾਲ ਹੀ ਬੱਚਿਆਂ ਨੂੰ, ਹੁਣ ਜਿਵੇਂ ਵੀਰ ਜੀ ਨੇ, ਬਲਦੀਪ ਨੇ ਦੱਸਿਆ ਵਾ ਵੀ ਲਾਈਕ ਸਾਰੀ ਕਮਿਊਨਿਟੀ ਦੇ ਵਿੱਚ ਹੈਗੀਆਂ ਗੱਲਾਂ, ਆਪਣੇ ਨਹੀਂ ਗੇ, ਸਾਰਿਆਂ ਦੇ ਵਿੱਚ ਹੁੰਦੀਆਂ ਵਾ। ਆਪਾਂ ਟੋਟਲੀ ਡਿਫਰੈਂਟ ਆ ਥੋੜ੍ਹੇ ਜਿਹੇ ਦੂਜੇ ਕਲਚਰ ਨਾਲੋਂ, ਕਿਉਂਕਿ ਆਪਾਂ ਸਿੱਖੀ ਦੇ ਨਾਲ ਆਪਾਂ ਸਾਰੇ ਲੋਕਾਂ ਦੇ ਵਿੱਚ ਹੈਲਪ ਕਰਨ ਵਾਲੇ ਹਾਂ। ਉਹ ਤਾਂ ਹੋ ਗਿਆ ਵੀ ਆਪਾਂ ਸਿਰਫ ਇੱਕ ਜਾਂ ਸਿੱਖੀ ਵਾਲਾ ਪਾਸਾ ਕਹਿ ਲਓ, ਜਾਂ ਵੀ ਆਪਾਂ ਨੂੰ ਵੀ ਕੋਈ ਨਿਊਜ਼ ਮਿਲ ਗਈ ਚੈਨਲ ਵਾਲਿਆਂ ਨੂੰ। ਜਿਵੇਂ ਤੁਸੀਂ ਆ ਜਸ ਪੰਜਾਬੀ ਨੇ ਬਹੁਤ ਸੋਹਣਾ ਪ੍ਰੋਗਰਾਮ ਸ਼ੁਰੂ ਕੀਤਾ ਵਾ, ਕਿਉਂਕਿ ਸ਼ੁਰੂਆਤ ਤਾਂ ਹੋਣੀ ਹੈ ਕਿਤੋਂ ਇਹ ਚੀਜ਼ ਦੀ। ਲੈਕਿਨ ਜਿਵੇਂ ਆਪਾਂ ਪਹਿਲਾਂ ਕਹਿ ਰਹੇ ਸੀਗੇ ਵੀ ਆਪਾਂ ਵੀ ਇੱਕ ਨੰਬਰ ਲਾਊਚ ਕਰੀਏ, ਵੀ ਉਹਦੇ ਵਿੱਚੋਂ ਜੇ ਕਿਸੇ ਨੂੰ ਹੈਲਪ ਦੀ ਲੋੜ ਆ ਸਾਰੇ ਗੁਰਦੁਆਰਿਆਂ 'ਚ ਲੱਗਿਆ ਹੋਵੇ, ਵੀ ਹੈ ਨਾ ਕਿਸੇ ਨੂੰ, ਮੈਂ ਕਈ ਵਾਰੀ ਮੈਂ ਕਿਸੇ ਨਾਲ ਤੁਹਾਡੇ ਨਾਲ ਗੱਲ ਨਹੀਂ ਸ਼ੇਅਰ ਕਰ ਸਕਦਾ, ਵੀ ਹਾਂ ਉੱਥੇ ਪੜ੍ਹੇ ਲਿਖੇ ਬੰਦੇ ਬੈਠੇ, ਡਾਕਟਰਸ ਬੈਠੇ ਆ, ਸਾਰੇ ਇੰਜੀਨੀਅਰ, ਵੀ ਉਹਨਾਂ ਨਾਲ ਬੈਠ ਕੇ ਆਪਾਂ ਗੱਲ ਕਰੀਏ ਵੀ ਹਾਂ ਵੀ ਮੈਨੂੰ ਆਹ ਪ੍ਰੋਬਲਮ ਆ, ਮੈਂ ਆਪਣੀ ਰਿਸ਼ਤੇਦਾਰੀਆਂ ਨੂੰ ਨਹੀਂ ਦੱਸ ਸਕਦਾ। ਪ੍ਰੋਬਲਮ ਆਪਣੀ ਉਦੋਂ ਪੈਣੀ ਜਦੋਂ ਆਪਾਂ ਰਿਸ਼ਤੇਦਾਰੀ ਕੋਲ ਗੱਲ ਸ਼ੇਅਰ ਕਰ ਲਈ, ਇਹਦਾ ਮਤਲਬ ਤੁਹਾਡੀ ਗੱਲ ਸਾਰੇ ਪੰਜਾਬ 'ਚ ਚਲੀ ਗਈ। ਅਤੇ ਹੈਲਪ ਕਰਨ ਵਾਲਾ ਸਿਰਫ ਉਹਦੇ ਵਿੱਚੋਂ 1-2 ਹੀ ਹੁੰਦੇ ਆ। ਸੋ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਨਾਲ ਬੱਚਿਆਂ ਦੇ ਨਾਲ ਫਰੈਂਡਲੀ ਹੋਣਾ ਪੈਣਾ, ਉਹਨਾਂ ਨੂੰ ਦੱਸਣਾ ਪੈਣਾ ਵਾ ਬੱਚੇ ਕਿੱਥੇ ਜਾਂਦੇ ਆ। ਹੁਣ ਮੈਂ ਉਹਨਾਂ ਮੇਰੇ ਜਿਹੜੇ ਮੇਰੇ ਫਰੈਂਡ ਆਪਣੇ ਇਹਨਾਂ ਦੇ ਮੇਰੇ ਜਵਾਕਾਂ ਦੇ ਫਰੈਂਡ ਆ, ਜਿਵੇਂ ਆਪਣਾ ਜਾਣਾ ਪੀਜ਼ਾ ਖਾਣ ਜਾਣਾ ਵਾ ਜਾਂ ਕਿਤੇ ਵੀ ਜਾਣਾ ਵਾ, ਮੈਂ ਉਹਨਾਂ ਸਾਰਿਆਂ ਨੂੰ ਮਾਂ ਪਿਓ ਨੂੰ ਮਿਲਦਾ। ਠੀਕ ਹੈ,
ਠੀਕ ਹੈ, ਅਤੇ ਜਾਂ ਉੱਥੇ ਕਈ ਵਾਰੀ ਸ਼ੇਅਰ ਕਰਨਾ ਵਾ ਫੂਡ, ਹੈ ਨਾ, ਮੈਂ ਪੀਜ਼ੇ ਲੈ ਜਾਣੇ ਆ, ਕਿਉਂਕਿ ਫਿਰ ਉਹਦੇ ਨਾਲ ਜਿਹੜੇ ਦੂਜੇ ਜਵਾਕਾਂ ਦੇ ਮਾਂ ਪਿਓ ਵਾ ਉਹ ਮੈਨੂੰ ਵੀ ਜਾਣਨ ਲੱਗ ਜਾਂਦੇ ਆ, ਅਤੇ ਉਹ ਮੇਰੇ ਜਵਾਕਾਂ ਨੂੰ ਵੀ ਗਾਂਹ ਜਾਣਦੇ ਆ, ਹਾਂ ਵੀ ਇਹ ਜਾਨੀ ਦਾ ਮੁੰਡਾ ਵਾ। ਸੋ ਦੂਜੇ ਕਲਚਰ ਦੇ ਨਾਲ ਆਪਾਂ ਤਾਂ ਤਾਲਮੇਲ ਤਾਂ ਬਣੂਗਾ, ਸਭ ਸਹਿਮਤੀ ਰੱਖਦੇ ਹੋ ਇਸ ਗੱਲ ਤੋਂ? ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਆਪਾਂ ਜਿਹੜਾ ਡਾਇਲੋਗ ਹੈਗਾ ਆਪਣਾ ਕਮਿਊਨੀਕੇਸ਼ਨ ਦੂਜੀ ਕਮਿਊਨਿਟੀ ਨਾਲ ਰੱਖਣ, ਇਹਦਾ ਬਹੁਤ ਸਾਰੇ ਫਾਇਦੇ ਹੈਗੇ। ਮੈਂ ਤਾਂ ਆਪਣੇ ਕੋਲ ਇੱਕ ਪਲਾਸਟਿਕ ਦਾ ਕਾਰਡ ਬਣਾ ਕੇ ਰੱਖਿਆ ਹੋਇਆ, ਜਦੋਂ ਵੀ ਟਰੈਵਲ ਕਰੀਦਾ ਬੱਸ ਵਿੱਚ ਪਲੇਨ ਵਿੱਚ, ਕੋਈ ਥੋੜ੍ਹਾ ਵੀ ਸਵਾਲ ਪੁੱਛ ਲਵੇ, ਪੱਗ ਦਾ ਰੰਗ ਦਾ ਪੁੱਛ ਲਵੇ ਜਾਂ ਕੜੇ ਦੇ ਬਾਰੇ ਪੁੱਛ ਲਵੇ, ਤਾਂ ਮੈਂ ਨਾਲ ਹੀ ਉਹ ਕਾਰਡ ਦੇ ਦਿੰਦਾ ਹੁਣ। ਉਸ ਨਾਲ ਕੀ ਹੁੰਦਾ, ਉਹਨੂੰ ਪਤਾ ਲੱਗ ਜਾਂਦਾ ਹੈਗਾ ਕਿ ਜਿਹੜਾ 5 ਜਾਂ 10 ਮਿੰਟ ਦਾ ਜਿਹੜਾ ਤੁਹਾਡਾ ਆਪਸ ਵਿੱਚ ਜਿਹੜਾ ਇੰਟਰੈਕਸ਼ਨ ਹੋਇਆ, ਉਸ ਨਾਲ ਉਹਨੂੰ ਲੌਂਗ ਟਰਮ ਬੈਨੀਫਿਟ ਮਿਲ ਗਿਆ। ਠੀਕ ਹੈ, ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਰੱਖਦੇ ਹਨ ਗੁਰਜੰਟ ਸਿੰਘ ਗਿੱਲ ਜੀ, ਹੁਣ ਪੂਰਾ ਡਾਇਲੋਗ ਤੁਸੀਂ ਵੀ ਵੇਖਿਆ, ਅਸੀਂ ਗੱਲ ਕੀਤੀ, ਵਿਚਾਰ ਕੀਤਾ। ਹਾਂਜੀ, ਡਾਕਟਰ ਸਾਹਿਬ ਨੇ ਇੱਥੇ ਇੱਕ ਸੁਜੈਸ਼ਨ ਦਿੱਤਾ, ਬਲਮੀਤ ਨੇ ਵੀ ਸੁਜੈਸ਼ਨ ਦਿੱਤਾ, ਸੈਕਸ ਐਜੂਕੇਸ਼ਨ, ਸੈਕਸ ਅਬਿਊਜ਼ ਜਿਹੜੇ ਅਜਿਹੇ ਵਿਸ਼ੇ ਹਨ ਜੋ ਕਿ ਅਲੋਪ ਹਨ ਸਾਡੀ ਕਮਿਊਨਿਟੀ ਦੇ ਵਿੱਚ, ਅਲੋਪ ਹਨ, ਜਿਹਨਾਂ ਬਾਰੇ ਵਿਚਾਰ ਨਹੀਂ ਹੁੰਦਾ, ਤੁਹਾਨੂੰ ਲੱਗਦਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਜਿਹੇ ਵਿਸ਼ਿਆਂ ਨੂੰ ਲਿਆਉਣ ਦੀ ਲੋੜ ਹੈ? ਜੀ ਬਿਲਕੁਲ, ਲਿਆਉਣੀ ਲੋੜ ਹੈ, ਪਰ ਪ੍ਰੋਬਲਮ ਜਿਹੜੀ ਕਿ ਜਿਹੜੀ ਕਿ ਜਦੋਂ ਮੈਂ ਗੁਰਦੁਆਰਾ ਸਾਹਿਬ ਆਇਆ, ਪਹਿਲਾਂ ਵੀ ਦੇਖਿਆ, ਬੜੀ ਤੋਂ ਵੀ ਐਕਸਪੀਰੀਅੰਸ ਹੈਗਾ ਆ, ਜ਼ਿਆਦਾ ਪ੍ਰੋਬਲਮ ਜਿਹੜੀ ਹੈਗੀ ਉਹ ਕਮੇਟੀ ਦੀ ਆ ਰਹੀ ਆ, ਗੁਰਦੁਆਰਾ ਕਮੇਟੀ ਦੀ, ਕਰਕੇ ਜਿਹੜਾ ਕਮੇਟੀ 'ਚ ਆ ਜਾਂਦਾ ਉਹ ਛੱਡਣ ਨਹੀਂ ਚਾਹੁੰਦਾ, ਵੀ ਸਾਡਾ ਹੋਲਡ ਰਹੇ। ਪਹਿਲਾਂ ਤਾਂ ਹੁੰਦਾ ਵੀ ਬਣ ਜਾਈਏ ਅਸੀਂ, ਫਿਰ ਹੁੰਦਾ ਉਹਨੂੰ ਰਿਟੇਨ ਕਿਵੇਂ ਕਰਨਾ ਅਸੀਂ ਇਹਨੂੰ। ਠੀਕ ਆ, ਠੀਕ ਹੈ ਨਾ, ਜਿੰਨਾ ਚਿਰ ਇਹ ਅਸੀਂ ਆਪਣੀ ਈਗੋ ਪ੍ਰੋਬਲਮ ਨਹੀਂ ਛੱਡਦੇ, ਹਉਮੈ ਨਹੀਂ ਛੱਡਦੇ, ਜਾਂ ਯੰਗ ਜਨਰੇਸ਼ਨ। ਤੁਹਾਡੀ ਗੱਲ ਤੋਂ ਮੈਨੂੰ ਇੱਥੇ ਇਹ ਸਮਝ ਆਉਂਦਾ ਕਿ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਮੈਨੇਜਮੈਂਟ ਹੈ ਉਹ ਸਾਰੀ ਕੰਜ਼ਰਵੇਟਿਵ ਸੋਚਦੇ ਹਨ, ਯੂਥ ਅੱਗੇ ਨਹੀਂ ਆ ਰਿਹਾ, ਜਿਸ ਕਰਕੇ ਇਹ ਕਮਿਊਨਿਟੀ ਦੇ ਵਿੱਚ ਜਿਹੜਾ ਮੈਸੇਜ ਉਹ ਨਹੀਂ ਜਾ ਪਾ ਰਿਹਾ। ਹਾਂ, ਤੁਹਾਨੂੰ ਇਹ ਲੱਗਦਾ ਕਿ ਯੂਥ ਨੂੰ ਵੀ ਅੱਗੇ ਆਉਣ ਦੀ ਲੋੜ ਹੈ? ਬਿਲਕੁਲ ਬਿਲਕੁਲ, ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਡਿਟਰੋਇਟ ਦੀ ਐਗਜ਼ਾਮਪਲ ਦਿੱਤੀ ਹੈ, ਹੈ ਜੀ, ਗੁਰਦੁਆਰਾ ਸਾਹਿਬ ਤੇ ਆਪਾਂ ਬਹੁਤ ਜ਼ਿਆਦਾ ਪੈਸਾ ਲਾ ਰਹੇ ਨੇ, ਹੈ ਜੀ, ਪਰ ਇੱਧਰ ਸੋਸ਼ਲ ਸਾਈਡ 'ਤੇ ਜਾਂ ਜੋ ਲੋੜ ਹੈ ਅੱਜ, ਜਿਹੜੀ ਅੱਜ ਲੋੜ ਹੈ ਯੂਥ ਨੂੰ, ਉਹਨਾਂ ਬਾਰੇ ਧਿਆਨ ਨਹੀਂ ਦੇ ਰਹੇ। ਸਿਰਫ ਇਹੀ ਪੁੱਛਣਾ ਜੋ ਬੱਚਾ ਸਕੂਲੋਂ ਆਉਂਦਾ, ਹਵਾ ਯੂ ਡੇ, ਦੈਟਸ ਨਾਟ ਇਨਫ, ਇਹ ਇਨਫ ਨਹੀਂ ਗਾ। ਉਹਨੂੰ ਪੁੱਛੋ ਵੀ ਤੇਰੇ ਕੁਛ, ਤੂੰ ਤੇਰੀ ਅੱਜ ਜਿਹੜੀ ਹੈ ਫੇਸ ਇੰਪ੍ਰੈਸ਼ਨ ਠੀਕ ਨਹੀਂ ਲੱਗਦਾ ਗਾ, ਤੈਨੂੰ ਕੀ ਲੋੜ ਆ, ਰਾਈਟ? ਕਰਕੇ ਤੁਸੀਂ ਐਜ਼ ਡਾਕਟਰ ਸਾਹਿਬ ਨੇ ਉਸੇ ਗੱਲ ਸਟ੍ਰੈਸ ਕੀਤਾ ਵੀ ਉਹਨਾਂ ਨੂੰ ਤੁਸੀਂ ਪੁੱਛੋ ਵੀ ਉਹਨਾਂ ਦੀਆਂ ਬੇਸਿਕ ਜਿਹੜੀਆਂ ਨੀਡ ਆ ਜਾਂ ਜੋ ਪੁਲੀ ਹੋ ਰਿਹਾ, ਕਈ ਵਾਰ ਨਹੀਂ ਦੱਸਦੇ ਉਹ, ਐਜ਼ ਜਿੰਨਾ ਚਿਰ ਤੁਸੀਂ ਉਹਨਾਂ ਨਾਲ ਓਪਨ ਹੀ ਨਾ ਹੁੰਦੇ। ਮਦਰ ਅੱਗੇ ਹੁੰਦਾ ਸੀ ਵੀ ਜਿਹੜੀ ਬੇਟੀ ਆ ਉਹ ਮਦਰ ਨਾਲ ਓਪਨ ਹੋਵੇ, ਲੜਕਾ ਹੋਵੇ ਬੇਟਾ ਨਾਲ, ਬਿਲਕੁਲ ਉਸ ਗੱਲਾਂ ਹੁਣ ਉਹ ਆਬਸੋਲਿਟ ਹੋ ਗਈ। ਗਿੱਲ ਸਾਹਿਬ, ਤੁਸੀਂ ਵੀ ਮੁੱਖ ਸੇਵਾਦਾਰ ਹੋ ਗੁਰਦੁਆਰਾ ਸਾਹਿਬ ਦੇ, ਕਈ ਸਾਰੇ ਮੁੱਖ ਸੇਵਾਦਾਰ ਤੁਹਾਨੂੰ ਇਸ ਟਾਈਮ ਸੁਣ ਰਹੇ ਨੇ, ਹਾਂਜੀ, ਕੀ ਸਲਾਹ ਦਓਗੇ ਉਹਨਾਂ ਨੂੰ ਤੁਸੀਂ? ਮੈਂ ਤਾਂ ਇਹ ਕਹਿੰਦਾ ਵੀ ਜੇ ਕੋਈ ਯੂਥ ਆਉਣਾ ਚਾਹੁੰਦਾ ਆ, ਜ਼ਰੂਰ ਲੈਣਾ ਚਾਹੀਦਾ। ਜੇ ਕੋਈ, ਮੈਂ ਤਾਂ ਉੱਥੇ ਗੁਰਦੁਆਰਾ ਸਾਹਿਬ ਇਹੀ ਕਹਿੰਦਾ ਨਾ, ਜੇ ਕੋਈ ਹੋਰ ਕਮੇਟੀ 'ਚ ਆਉਣਾ ਚਾਹੁੰਦਾ ਆ ਅਤੇ ਆਪਣੇ ਕੋਲ ਉਹਦੇ ਲਈ ਜਗ੍ਹਾ ਹੈ ਨਹੀਂ, ਤਾਂ ਮੇਰੀ ਪੋਜੀਸ਼ਨ ਖਾਲੀ, ਮੈਂ ਛੱਡ ਦਿੰਦਾ ਆ। ਠੀਕ ਹੈ, ਹਾਂਜੀ, ਕੋਈ ਹੋਰ ਆ ਜਾਵੇ ਚੰਗੀ ਸੋਚ ਵਾਲਾ, ਕਰਕੇ ਆਫਟਰ ਆਲ ਛੱਡਣਾ ਹੀ ਆ ਤੁਸੀਂ, ਸਾਲ ਵੀ ਛੱਡੋ, 2 ਸਾਲ ਛੱਡੋ, 3 ਸਾਲ ਵੀ ਛੱਡਣਾ ਤਾਂ ਹੈਗਾ ਆ, ਕਿਉਂ ਉਹਨੂੰ ਤੁਸੀਂ ਜੱਫਾ ਮਾਰਿਆ ਹੋਇਆ? ਠੀਕ ਹੈ, ਡਾਕਟਰ ਸਾਹਿਬ, ਤੁਹਾਨੂੰ ਲੱਗਦਾ ਕਿ ਇਹ ਪੋਜੀਸ਼ਨ ਨਹੀਂ ਛੱਡਦੇ ਸਾਡੇ ਜਿਹੜੇ ਬਜ਼ੁਰਗ ਹਨ ਜਾਂ ਫਿਰ ਸਾਡੇ ਜਿਹੜੇ ਸਿੱਖ ਬੁੱਧੀਜੀਵੀ ਹਨ, ਪੈਰੋਕਾਰ ਹਨ, ਯੰਗ ਜਨਰੇਸ਼ਨ ਨੂੰ ਇਸ ਕਰਕੇ ਮੌਕਾ ਨਹੀਂ ਮਿਲ ਰਿਹਾ ਔਰ ਇਸ ਕਰਕੇ ਇਹ ਵਿਸ਼ੇ ਜਿਹੜੇ ਨੇ ਅਲੋਪ ਹੋ ਰਹੇ ਨੇ? ਕਮੇਟੀਆਂ ਜਿਹੜੀਆਂ ਸਾਡੀਆਂ ਹੈਗੀਆਂ ਉਹ ਆਮ ਤੌਰ 'ਤੇ ਤੁਸੀਂ ਦੇਖੋ, ਜਿੱਥੇ ਤੱਕ ਮੈਨੂੰ ਗੁਰਦੁਆਰਾ, ਮੈਂ ਵੀ 7 ਸਾਲ ਤੱਕ ਗੁਰਦੁਆਰੇ ਦੀ ਦਾ ਚੇਅਰਮੈਨ ਔਰ ਸਾਰਾ ਕੰਮ ਕਰਦਾ ਰਿਹਾ ਹੈਗਾ, ਅਤੇ ਛੱਡਦੇ ਨਹੀਂ ਹੈ, ਮੈਂ ਬਿਲਕੁਲ ਸਹਿਮਤ ਹੈ। ਇੱਕ ਵਾਰੀ ਕਿਸੇ ਨੂੰ ਮਿਲ ਜਾਵੇ ਨਾ, ਔਰ ਆਮ ਤੌਰ 'ਤੇ ਤੁਸੀਂ ਦੇਖੋਗੇ ਕਿ ਕਮੇਟੀ ਵਿੱਚ ਪੜ੍ਹੇ ਲਿਖੇ ਨਹੀਂ ਆਉਂਦੇ ਆ, ਕੋਈ ਪੜ੍ਹਿਆ ਲਿਖਿਆ ਬੰਦਾ ਆਏਗਾ ਨਹੀਂ, ਉਹ ਕਹਿੰਦਾ ਮੈਂ ਫਾਲਤੂ ਆਰਗੂਮੈਂਟਸ ਵਿੱਚ ਨਹੀਂ ਪੈਣਾ ਚਾਹੁੰਦਾ, ਕੋਈ ਉੱਚਾ ਨੀਵਾਂ ਬੋਲੇਗਾ, ਮੈਂ ਨਹੀਂ, ਮੇਰੀ ਇੱਜ਼ਤ ਹੈਗੀ, ਮੈਂ ਕਿਉਂ
ਇਸ ਚੱਕਰ ਵਿੱਚ ਪਵਾਂ, ਸੋ ਅੱਗੇ ਆਉਂਦੇ ਨਹੀਂ ਹੈ, ਉਹ ਵੀ ਮਿਸਟੇਕ ਹੈ। ਮੇਰੇ ਖਿਆਲ ਸਾਰਿਆਂ ਨੇ ਅੱਗੇ ਆਉਣਾ ਚਾਹੀਦਾ। ਤੁਸੀਂ ਦੇਖੋ ਜਿਸ ਸੱਜਣ ਦੀ ਬੜੀ ਵੱਡੀ ਟੀਮ ਹੈ, ਪਿੰਡ ਦੀ ਪਹਿਚਾਣ ਹੈ, ਬੜਾ ਵੱਡਾ ਪਰਿਵਾਰ ਹੈ, ਉਹ ਉਸਨੂੰ ਆਪਣੀ ਜਾਗੀਰ ਸਮਝ ਕੇ ਕਿ ਵੀ ਮੇਰੇ ਕੋਲ ਨਾਲ ਤਾਂ ਬੜੇ ਬੰਦੇ ਹੈਗੇ, ਇਹ ਕੋਈ ਅਖਾੜਾ ਥੋੜ੍ਹੀ ਹੈ, ਗੁਰਦੁਆਰੇ ਦੀ ਸੇਵਾ ਹੈਗੀ, ਤਾਂ ਉਸ ਤਰ੍ਹਾਂ ਦੀ ਭਾਵਨਾ ਲੈ ਕੇ ਉਹ ਜਦੋਂ ਇੱਕ ਵਾਰੀ ਆਪਣੀ ਪੋਜੀਸ਼ਨ ਲੈ ਕੇ ਉਹ ਛੱਡਦੇ ਨਹੀਂ ਹੈ, ਕਿਉਂਕਿ ਉਸਨੂੰ ਉਹਨੂੰ ਲੱਗਦਾ ਕਿ ਪਾਵਰ ਮਿਲ ਗਿਆ ਮੈਨੂੰ, ਅਦਰਵਾਈਜ਼ ਮੈਨੂੰ ਇਹ ਪਾਵਰ ਕਦੇ ਵੀ ਨਹੀਂ ਮਿਲੇਗਾ। ਸੋ ਉਹ ਫਿਰ ਕੀ ਹੁੰਦਾ ਕਿ ਆਮ ਤੌਰ 'ਤੇ ਜਿਹੜੇ ਪੜ੍ਹੇ ਲਿਖੇ ਹੈਗੇ ਚੰਗੀ ਸੋਚ ਵਾਲੇ, ਉਹ ਅੱਗੇ ਆ ਕੇ ਗੁਰਦੁਆਰੇ ਦੀ ਮੈਨੇਜਮੈਂਟ ਵਿੱਚ ਹਿੱਸਾ ਹੀ ਨਹੀਂ ਲੈਂਦੇ ਆ, ਉਹਨਾਂ ਨੇ ਆਉਣਾ ਚਾਹੀਦਾ। ਆਈ ਕੈਨ ਸੀ ਅ ਫਿਊਚਰ ਲਾਈਕ ਬਲਮੀਤ, ਬਿਕੋਜ਼ ਬਹੁਤ ਇੰਟਲੈਕਚੁਅਲ ਹੈਗੇ ਤੁਹਾਡੇ ਬੇਟੇ ਬਲਮੀਤ, ਅਤੇ ਮੈਂ ਉਹਨਾਂ ਤੋਂ ਵੀ ਜ਼ਰੂਰ ਜਾਣਨਾ ਚਾਹਾਂਗਾ ਕਿ ਕਿਹੜੇ ਕਿਹੜੇ ਵਿਸ਼ਿਆਂ ਨੂੰ ਗੁਰਦੁਆਰਾ ਸਾਹਿਬਾਨ ਦੇ ਵਿੱਚ ਉਠਾਉਣ ਦੀ ਲੋੜ ਹੈਗੀ ਹੈ, ਤਾਂ ਕਿ ਜਿਹੜੀ ਸਾਡੀ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਅਸੀਂ ਕਮਿਊਨੀਕੇਟ ਕਰ ਸਕੀਏ ਔਰ ਉਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰ ਸਕੀਏ। ਲਵਾਂਗਾ ਇਸ ਸਵਾਲ ਦਾ ਜਵਾਬ ਇਸ ਬ੍ਰੇਕ ਤੋਂ ਬਾਅਦ। ਮੁੜ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ। ਇਸ ਅਖੀਰਲੇ ਸੈਗਮੈਂਟ ਦੇ ਵਿੱਚ ਅਸੀਂ ਇਸ ਅਵੇਅਰਨੈਸ ਪ੍ਰੋਗਰਾਮ ਨੂੰ ਅੱਜ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ। ਰੋਡ ਮੈਪ ਤਿਆਰ ਹੋ ਰਿਹਾ, ਯੂਥ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਿਵੇਂ ਅੱਗੇ ਆਏ ਔਰ ਜਿਹੜੇ ਸੋਸ਼ਲ ਇਸ਼ੂਜ਼ ਹਨ ਉਹ ਕਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਲਿਆਉਣ ਦੀ ਲੋੜ ਹੈ, ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਲਮੀਤ ਮੇਰੇ ਨਾਲ ਮੌਜੂਦ ਹਨ। ਬਲਮੀਤ, ਵਟ ਯੂ ਥਿੰਕ? ਹਾਂਜੀ, ਬਿਲਕੁਲ, ਬਹੁਤ ਚੰਗਾ ਸਵਾਲ ਹੈਗਾ ਜੀ ਜਿਹੜਾ ਤੁਸੀਂ ਪੁੱਛਿਆ ਕਿ ਯੂਥ ਅੱਗੇ ਕਿਸ ਤਰ੍ਹਾਂ ਆਉਣ, ਜਾਂ ਸੇਮ ਸਵਾਲ ਨੂੰ ਪੁੱਛ ਸਕਦੇ ਹੋ ਕਿ ਵੁਮੈਨ ਕਿਸ ਤਰ੍ਹਾਂ ਅੱਗੇ ਆਉਣ ਜੀ। ਅਤੇ ਦੇਖਿਆ ਜਾਏ ਕਮਿਊਨਿਟੀ ਵਿੱਚ ਜਿਹੜੇ ਵੋਇਸਿਸ ਜਿਹੜੇ ਨੋਰਮਲੀ ਹਰਡ ਨਹੀਂ ਨੇ, ਉਹ ਤਾਂ ਹੀ ਅੱਗੇ ਆਉਣਗੇ ਜਿਹੜੇ ਜਗ੍ਹਾ ਲੈ ਰਹੇ ਨੇ ਉਹ ਪਿੱਛੇ ਹਟ ਜਾਣ ਤਾਂ। ਸੋ ਹੁਣੇ ਇੰਟਰਨੈਸ਼ਨਲ ਵੁਮੈਨਸ ਡੇ ਹੋਇਆ ਸੀ ਦੋ ਤਿੰਨ ਦਿਨ ਪਹਿਲਾਂ, ਉਹਦੇ ਵਿੱਚ ਵੀ ਮੇਨ ਇਹੀ ਗੱਲ ਆਈ ਗਈ ਕਿ ਵੁਮੈਨ ਤਾਂ ਅੱਗੇ ਆਉਣਗੇ ਜਦੋਂ ਮੈਨ ਜਗ੍ਹਾ ਬਣਾਉਣਗੇ, ਜਦੋਂ ਪਿੱਛੇ ਹਟਣਗੇ ਕਿ ਵੁਮੈਨ ਅੱਗੇ ਆ ਪਾਉਣ। ਸੇਮ ਚੀਜ਼ ਵਿਦ ਯੂਥ, ਯੂਥ ਤਾਂ ਅੱਗੇ ਆਉਣਗੇ ਜਦੋਂ ਜਿਹੜੇ ਐਗਜ਼ਿਸਟਿੰਗ ਕਮੇਟੀ ਨੇ ਉਹ ਆਪਣੀ ਜਗ੍ਹਾ ਛੱਡ ਪਾਉਣਗੇ। ਅਤੇ ਗੱਲ ਹੈਗੀ ਐਨੀ ਗੱਲ ਹੈ ਕਿ ਯੂਥ ਅੱਗੇ ਆਉਣ ਜਾਂ ਵੁਮੈਨ ਅੱਗੇ ਆਉਣ ਜਾਂ ਬੰਦੇ ਪਿੱਛੇ ਹਟ ਜਾਣ ਜਾਂ ਸਿਆਣੇ ਨਾ ਹੋਣ ਕਮੇਟੀ 'ਚ, ਗੱਲ ਹੈਗੀ ਕਿ ਸੋਚ ਕਿਸ ਪਾਸੇ ਜਾ ਰਹੀ ਹੈ। ਸੋ ਪ੍ਰੋਗਰੈਸਿਵ ਸੋਚ ਜ਼ਰੂਰੀ ਹੈ। ਸੋ ਜਿਹੜੀ ਪ੍ਰੋਗਰੈਸਿਵ ਸੋਚ ਹੈ ਉਹ ਹਰ ਇੱਕ ਵਿੱਚ ਹੋਣੀ ਚਾਹੀਦੀ ਹੈ, ਠੀਕ ਹੈ? ਅਤੇ ਜਿਹਦੇ ਵਿੱਚ ਵੀ ਹੋਏਗੀ ਉਹ ਅੱਗੇ ਲੱਗਣਗੇ। ਹੁਣ ਉਸ ਕਮੇਟੀ ਵਿੱਚ ਜੇ ਕੋਈ ਆ ਗਿਆ ਤਾਂ ਗੁਰਦੁਆਰਾ ਲੱਗੇਗਾ ਕਿਸ ਤਰ੍ਹਾਂ, ਇਹ ਮੇਨ ਗੱਲ ਹੈ, ਠੀਕ ਹੈ? ਸੋ ਫੋਕਸ ਹੈ ਕਿ ਆਪਾਂ ਸਾਰਾ ਆਪਣਾ ਪੈਸਾ ਟਾਈਮ ਸਾਰਾ ਲਾਉਂਦੇ ਹਾਂ ਕਿ ਗੁਰਦੁਆਰੇ ਨੂੰ ਵੱਡਾ ਕਿਸ ਤਰ੍ਹਾਂ ਕਰਨਾ, ਸਜਾਉਣਾ ਕਿਸ ਤਰ੍ਹਾਂ, ਬਿਲਡਿੰਗ ਦੇ ਉੱਤੇ ਸਾਰੇ ਫੰਡ ਲੱਗਦੇ ਨੇ। ਜੇ ਬਿਲਡਿੰਗ ਦੇ ਬਜਾਏ ਆਪਾਂ ਸੋਚੀਏ ਕਿ ਗੁਰਦੁਆਰੇ ਦੇ ਪ੍ਰੋਗਰਾਮਿੰਗ ਕਿਸ ਤਰ੍ਹਾਂ ਇੰਪਰੂਵ ਕਰਨੀ ਹੈ, ਅਤੇ ਜਿਹੜੇ ਉਹਦੇ ਐਸਪੈਕਟਸ ਹੈਗੇ ਕਿ ਅਸੀਂ ਸਰਵ ਕਿਸ ਤਰ੍ਹਾਂ ਕਰਨਾ ਕਮਿਊਨਿਟੀ ਦੇ ਨੀਡਸ ਨੂੰ, ਜੇ ਉੱਥੇ ਪੈਸਾ ਲਾਇਆ ਜਾਏ ਤਾਂ ਘਰ ਘਰ ਅੰਦਰ ਧਰਮਸਾਲ ਹੈ, ਗੁਰਦੁਆਰੇ ਵਿੱਚ ਸਾਨੂੰ ਬਿਲਡਿੰਗ ਦੀ ਲੋੜ ਨਹੀਂ, ਨਾ ਸਾਨੂੰ ਕੋਈ ਵੱਡਾ ਹਾਲ ਚਾਹੀਦਾ, ਨਾ ਕੋਈ ਵੱਡਾ ਲੰਗਰ ਚਾਹੀਦਾ। ਜੇ ਇੰਡੀਆ ਜਾਓ ਤਾਂ ਪੰਜਾਬ ਵਿੱਚ ਹਰ ਪਿੰਡ ਵਿੱਚ ਛੋਟੇ ਛੋਟੇ ਗੁਰਦੁਆਰੇ ਬਣੇ ਨੇ, ਅਤੇ ਮੇਰੇ ਹਿਸਾਬ ਨਾਲ ਗੁਰਦੁਆਰੇ ਛੋਟੇ ਹੀ ਰਹਿਣੇ ਚਾਹੀਦੇ ਨੇ, ਪਰ ਗੱਲ ਹੈ ਕਿ ਅੰਦਰ ਜੋ ਹੋ ਰਿਹਾ ਹੈ ਉਹ 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 ਠੀਕ ਹੋਣਾ। ਆਈ ਥਿੰਕ ਵੈਲਿਡ ਪੁਆਇੰਟ ਡਾਕਟਰ ਸਾਹਿਬ। ਹੁਣ ਤਾਂ ਬਲਮੀਤ ਜਿਵੇਂ ਸਾਨੂੰ ਦੱਸਿਆ, ਆਈ ਥਿੰਕ ਵੈਰੀ ਗੁੱਡ ਬਲਮੀਤ, ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ। ਅੱਜ ਮੈਂ ਵਿਊਅਰਸ ਨੂੰ ਵੀ ਦੱਸਣਾ ਚਾਹੁੰਦਾ ਕਿ ਅਸੀਂ ਢੂੰਡਦੇ ਹਾਂ ਕਿ ਸਾਨੂੰ ਯੂਥ ਦੇ ਵਿੱਚ ਕੋਈ ਅਜਿਹੇ ਸਪੀਕਰਸ ਮਿਲਣ ਜੋ ਕਿ ਇੱਕ ਇੰਸਪਾਇਰਡ ਕਰਨ, ਅਤੇ ਐਜ਼ ਐਨ ਹੋਸਟ ਮੈਂ ਅੱਜ ਜ਼ਰੂਰ ਕਹਿਣਾ ਚਾਹੁੰਦਾ
ਮੈਂ ਬਹੁਤ ਇੰਸਪਾਇਰਡ ਹੋਇਆ ਬਲਮੀਤ ਤੋਂ ਔਰ ਤੁਹਾਨੂੰ ਵੀ ਇਹਨਾਂ ਦੇ ਵਿਚਾਰ ਅੱਛੇ ਲੱਗੇ ਹੋਣੇ। ਡਾਕਟਰ ਸਾਹਿਬ, ਫੈਮਿਲੀ ਦੇ ਨਾਲ ਜੋ ਹੋਇਆ ਸਭ ਕੁਝ ਹੋ ਗਿਆ, ਲੋਕਾਂ ਨੇ ਗੱਲਾਂ ਕਰ ਲਈਆਂ, ਹੁਣ ਫਿਊਚਰ ਦੇ ਵਿੱਚ ਕੀ ਪਲੈਨ ਹੈ ਔਰ ਫੈਮਿਲੀ ਨੂੰ ਕਿਵੇਂ ਰਿਟੇਨ ਕਰ ਸਕਦੇ ਹਾਂ ਅਸੀਂ ਵਾਪਸ? ਹਾਂਜੀ, ਅਸੀਂ ਹੁਣ ਇਹ ਸੋਚਿਆ ਕਿ ਜੋ ਹੋ ਗਿਆ ਉਹ ਤਾਂ ਹੋ ਗਿਆ, ਉਹਨੂੰ ਆਪਾਂ ਰਿਵਰਸ ਨਹੀਂ ਕਰ ਸਕਦੇ ਹਾਂ। ਹੁਣ ਸਭ ਤੋਂ ਜਿਹੜੀ ਮੇਨ ਗੱਲ ਲੱਗਦੀ ਆ ਨੰਬਰ 1 'ਤੇ, ਉਹ ਹੈ ਕਿ ਉਹ ਜਿਹੜੇ ਬੇਅੰਤ ਕੌਰ ਹੈ ਜਿਹੜੇ ਕਿ ਆਪਣਾ ਪਤੀ ਲੂਸ ਕਰ ਚੁੱਕੇ ਆ ਔਰ ਉਹਨਾਂ ਨੂੰ ਮਰਡਰ ਦੇ ਕੇਸ ਵਿੱਚ ਉਹਨਾਂ ਨੇ ਅਰੈਸਟ ਕਰਕੇ ਰੱਖਿਆ ਹੋਇਆ, ਅਤੇ ਬੜਾ ਮਨ ਦੁਖਦਾ ਸੀ ਕਿ ਉਹਨਾਂ ਦੇ ਹੱਥ ਵਿੱਚ ਹੱਥਕੜੀਆਂ ਲੱਗੀਆਂ ਹੋਈਆਂ ਔਰ ਫੁਨਰਲ ਵਿੱਚ ਜਦੋਂ ਆਏ ਆ ਉਹਨਾਂ ਦਾ ਰੋਣਾ ਰੁਕਦਾ ਨਹੀਂ ਸੀ। ਅਸੀਂ ਉਹਨਾਂ ਨੂੰ ਦੇਖ ਕੇ ਅਤੇ ਇਹੀ ਮਨ ਵਿੱਚ ਆਉਂਦਾ ਸੀ ਕਿ ਇਸ ਬੀਬੀ ਦੀ ਕਿਸ ਤਰ੍ਹਾਂ ਮਦਦ ਕੀਤੀ ਜਾਵੇ ਕਿ ਜਿਸ ਨਾਲ ਕਿ ਇੱਕ ਬੱਚੇ ਨੂੰ ਉਹਦੀ ਮਾਂ ਮਿਲ ਜਾਵੇ ਅਤੇ ਇੱਕ ਬਜ਼ੁਰਗ ਜਿਹੜੇ ਮਾਤਾ ਪਿਤਾ ਨੇ ਉਹਨਾਂ ਨੂੰ ਆਪਣੀ ਬੇਟੀ ਮਿਲ ਜਾਵੇ। ਸੋ ਅਸੀਂ ਫਿਰ ਇਹ ਹੁਣ ਫੰਡ ਰੇਜ਼ਿੰਗ ਸ਼ੁਰੂ ਕੀਤੀ ਹੈ, ਔਨਲਾਈਨ ਵੀ ਕੀਤੀ ਹੈ ਅਤੇ ਚੇਸ ਬੈਂਕ ਦਾ ਅਕਾਊਂਟ ਵੀ ਸ਼ੁਰੂ ਕੀਤਾ ਹੈ। ਅਤੇ ਸਾਡੇ ਸਾਰਿਆਂ ਨੂੰ ਅਸੀਂ ਕਿਹਾ ਹੈ ਕਿ ਵੀ ਸਾਰੇ ਵੱਧ ਤੋਂ ਵੱਧ ਪੈਸੇ ਪਾਓ ਅਤੇ ਇਹ ਆਪਾਂ ਜਿਹੜਾ ਚੰਗਾ ਵਕੀਲ ਕਰਕੇ ਅਤੇ ਇਹ ਸੱਚੀ ਗੱਲ ਸਾਹਮਣੇ ਆਵੇ ਅਤੇ ਇਹ ਆਪਾਂ ਕਰ ਸਕੀਏ ਬੇਅੰਤ ਕੌਰ ਦੇ ਵਾਸਤੇ। ਠੀਕ ਹੈ। ਅਤੇ ਸਾਡੇ ਹੁਣ ਪਹਿਲੇ ਦਿਨ ਹੀ ਸਾਡੇ 12-15 ਹਜ਼ਾਰ ਹੋ ਗਏ ਸੀ ਅਤੇ ਅੱਜ ਸਾਡੇ ਮੈਂ ਦੁਪਹਿਰ ਤੱਕ ਦੇਖਿਆ ਸੀ ਕਰੀਬ 21,000 ਇਕੱਠੇ ਹੋ ਗਏ ਸੀ। ਓਕੇ। ਸੋ ਅਸੀਂ ਫੰਡ ਇਕੱਠੇ ਕਰ ਰਹੇ ਹਾਂ ਜਿਸ ਨਾਲ ਕਿ ਅਸੀਂ ਮਦਦ ਕਰ ਸਕੀਏ ਅਤੇ ਚੰਗਾ ਵਕੀਲ ਕਰਕੇ ਇਹਨਾਂ ਨੂੰ ਡਿਫੈਂਡ ਕਰ ਪਾਈਏ। ਠੀਕ ਹੈ। ਅਤੇ ਇਹ ਸੀਗੇ ਡਾਕਟਰ ਮਨਬੀਰ ਸਿੰਘ ਅਤੇ ਉਹਨਾਂ ਦਾ ਪਰਿਵਾਰ ਬੇਕਰਸਫੀਲਡ ਤੋਂ, ਜਿਨ੍ਹਾਂ ਨੇ ਅੱਜ ਸਾਡੀ ਇਸ ਮੁਹਿੰਮ ਦੇ ਵਿੱਚ ਸ਼ਮੂਲੀਅਤ ਕੀਤੀ। ਜਸਟ ਬ੍ਰੋਡਕਾਸਟਿੰਗ ਦੀ ਟੀਮ ਦਾ ਟੀਚਾ ਸੀਗਾ ਕਿ ਅਸੀਂ ਔਥੈਂਟੀਕੇਟ ਕਰਨਾ ਚਾਹੁੰਦੇ ਸੀਗੇ ਗਰਾਊਂਡ ਲੈਵਲ 'ਤੇ ਜਾ ਕੇ। ਬਹੁਤ ਸਾਰੇ ਅਦਾਰੇ ਨੇ ਵੱਖ ਵੱਖ ਗੱਲਾਂ ਕੀਤੀਆਂ, ਅਸੀਂ ਉਹ ਗੱਲ ਨਹੀਂ ਕਰਨਾ ਚਾਹੁੰਦੇ ਸੀਗੇ, ਇੱਕ ਅਵੇਅਰਨੈਸ ਪ੍ਰੋਗਰਾਮ ਮੁੱਦੇ ਦੇ ਰਾਹੀਂ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਸੀਗੇ, ਕਿਉਂਕਿ ਸਾਡੀ ਟੀਮ ਦਾ ਹਮੇਸ਼ਾ ਇਹੀ ਮਕਸਦ ਹੈਗਾ ਕਿ ਜਿਹੜੀ ਸੱਚੀ ਗੱਲ ਹੈ, ਔਰ ਸਾਡੇ ਇਸ ਮੰਚ ਦਾ ਵੀ ਇਹੀ ਟੀਚਾ ਹੈ ਕਿ ਜਿਹੜੀ ਸਿਆਣੀ ਗੱਲ ਹੈ ਉਹ ਸਾਹਮਣੇ ਆਵੇ, ਔਰ ਅੱਜ ਉਹੀ ਸੱਚੀ ਗੱਲ ਅਤੇ ਸਿਆਣੀ ਗੱਲ ਅਸੀਂ ਤੁਹਾਡੇ ਸਾਹਮਣੇ ਰੱਖੀ ਹੈ। ਜੇਕਰ ਤੁਸੀਂ ਵੀ ਕੋਈ ਗੱਲ ਸਾਡੇ ਸਾਹਮਣੇ ਰੱਖਣਾ ਚਾਹੁੰਦੇ ਹੋ, ਮੈਨੂੰ ਮੇਲ ਕਰ ਸਕਦੇ ਹੋ harkeerat@justbroadcasting.com, info@justbroadcasting.com ਦੇ ਉੱਤੇ ਆਏ ਹੋਏ ਮੇਨ ਪੈਨਲਿਸਟ ਡਾਕਟਰ ਮਨਬੀਰ ਸਿੰਘ, ਉਹਨਾਂ ਦੇ ਬੇਟੇ ਬਲਮੀਤ ਸਿੰਘ, ਉਹਨਾਂ ਦੀ ਵਾਈਫ ਤਰਨਜੀਤ ਕੌਰ, ਗੁਰਪ੍ਰੀਤ ਸਿੰਘ ਜਾਨੀ ਅਤੇ ਗੁਰਚਰਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬਣੇ। ਥੈਂਕ ਯੂ ਵੈਰੀ ਮੱਚ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਡਾਇਰੈਕਟਰ ਬ੍ਰੋਡਕਾਸਟਿੰਗ ਦੀਪਕ ਧੀਮਾਨ ਅਤੇ ਅਸਿਸਟੈਂਟ ਡਾਇਰੈਕਟਰ ਸੁਖਾ ਸੰਘਾ ਦੇ ਨਾਲ ਸੈਲਵਾ ਤੋਂ ਜਸ ਪੰਜਾਬੀ ਦੇ ਲਈ।